ਤੁਹਾਡੀ ਫਸਟ ਪੰਜਾਬੀ ਫਿਲਮ ਆ? ਪੰਜਾਬੀ ਇੰਡਸਟਰੀ 'ਚ ਇਹ ਮੇਰਾ ਪਹਿਲਾ ਐਕਸਪੀਰੀਅੰਸ ਸੀਗਾ, ਅਤੇ ਜਦ ਮੈਨੂੰ ਪਤਾ ਲੱਗਿਆ ਕਿ ਬੱਬੂ ਮਾਨ ਨੇ, ਯੂ ਨੋ ਲਾਈਕ, ਮੈਂ ਕਿਹਾ ਮੈਂ ਕੋਈ ਸਕ੍ਰਿਪਟ ਨਹੀਂ ਪੜ੍ਹਨੀ, ਮੈਂ ਕੋਈ ਸਟੋਰੀ ਨਹੀਂ ਦੇਖਣੀ, ਬੱਬੂ ਮਾਨ ਜੀ ਨੇ, ਮੈਂ ਕਿਹਾ ਓਕੇ। ਬੱਬੂ ਮਾਨ ਹੋਣਾ ਤਾਂ ਬਹੁਤ ਗੁੱਸੇ ਵਾਲਾ ਸੁਭਾਅ ਆ, ਇੱਦਾਂ ਹੁੰਦਾ ਸੀ ਹਾਏ ਯਾਰ ਬੱਬੂ ਮਾਨ ਜੀ ਦੇ ਨਾਲ, ਅੱਛਾ ਕਿਤੇ ਕੋਈ ਗਲਤੀ ਨਾ ਹੋ ਜਾਵੇ, ਸਾਰੇ ਬੋਲਦੇ ਨੇ ਕਿ ਗੁੱਸੇ ਵਾਲੇ ਨੇ, ਕਿਤੇ ਗੁੱਸਾ ਨਾ ਆ ਜਾਏ। ਤਾਂ ਇੱਕ ਅਟਾਇਰ ਪੂਰਾ, ਉਹ ਟਿੱਕਾ ਮਾਂਗ ਟਿੱਕਾ ਵਗੈਰਾ, ਉਹ ਪੂਰਾ ਨਾ ਮੈਂ ਸੋਚਦੀ ਸੀਗੀ ਹਾਏ ਯਾਰ ਬੜੇ ਸੋਹਣੇ, ਮੈਂ ਕਦੇ ਪਾਇਆ ਨਹੀਂ ਸੀਗਾ, ਅਤੇ ਮੈਨੂੰ ਨਾ ਇੱਦਾਂ ਫੀਲ ਹੋਇਆ ਕਿ ਪੰਜਾਬ 'ਚ ਹੀ ਆ ਗਈ ਹੈ। ਐਕਟ ਕਰਨਾ ਹੈ ਨਾ, ਇਹਦੇ ਲਈ ਤੁਸੀਂ ਕਿੰਨੀ ਕੁ ਤਿਆਰੀ ਕੀਤੀ ਸੀ? ਅਤੇ ਬੱਬੂ ਮਾਨ ਉਹ ਮੇਰੀ ਬੜੀ ਲਵ ਟ੍ਰੈਂਗਲ ਹੈ, ਅਤੇ ਲਵ ਸਟੋਰੀ ਟਾਈਪ ਹੈ। ਫਿਲਮ ਦੇ ਜਿਹੜੇ ਮਿਊਜ਼ਿਕ ਆ, ਗਾਣੇ ਆ, ਕਿ ਬੱਬੂ ਮਾਨ ਉਹਨਾਂ ਨੇ ਲਿਖੇ ਆ, ਅਤੇ ਸਭ ਦਾ ਵੀ ਮੈਂ ਸੁਣਿਆ ਸੀ ਕਿ ਥੋੜ੍ਹੇ ਗੁੱਸਾ ਰਹੇ, ਮੈਨੂੰ ਇਹ ਲੱਗਦਾ ਸੀ ਕਿ ਤੁਸੀਂ ਟ੍ਰੇਲਰ ਵੀ ਦੇਖਿਓ, ਮਿਰਚਾਂ ਅਸੀਂ ਰੱਖ ਦਿੰਦੇ ਹਾਂ, ਉਹ ਸਰ ਨੂੰ ਜਦ ਅਸੀਂ ਬਿਠਾਉਂਦੇ ਹਾਂ ਸਰਬਜੀਤ ਸਰ ਨੂੰ, ਗਿਰ ਜਾਂਦੇ ਨੇ, ਉਹ ਸੀਨ ਮੇਰਾ ਹੀ ਬੜਾ ਹੀ ਅੱਛਾ ਲੱਗੇ, ਅਤੇ ਰੀਅਲ ਰੱਖਿਆ, ਅਤੇ ਮੈਨੂੰ ਉਹ ਚੇਤੇ ਰਹਿੰਦਾ ਕਿ ਅਸੀਂ ਕਿੱਦਾਂ ਕਿੱਦਾਂ ਆ ਕੇ ਉਹ ਫਟਾਫਟ ਕਰਦੇ ਸੀਗੇ। ਸਤਿ ਸ਼੍ਰੀ ਅਕਾਲ, ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ, ਮੈਂ ਨੀਲਮ ਕੁਈਨ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੀ ਹਾਂ। ਪੰਜਾਬੀ ਇੰਡਸਟਰੀ ਦੀ ਮੋਸਟ ਅਵੇਟਡ ਫਿਲਮ ਸੁੱਚਾ ਸੂਰਮਾ, ਜਿਹੜੀ ਕਿ 20 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ, ਅਤੇ ਟ੍ਰੇਲਰ ਨੂੰ, ਗਾਣਿਆਂ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ, ਅਤੇ ਜਿਹੜੀਆਂ ਵੀ ਗੱਲਾਂ ਬਾਤਾਂ ਹੋ ਰਹੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਫਿਰ ਇੰਟਰਵਿਊ ਦੇ ਵਿੱਚ, ਉਹ ਜਿਹੜੇ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਕਿਰਿਓਸਿਟੀ ਹੋਰ ਪੈਦਾ ਕਰ ਰਹੀ ਹੈ। ਅਤੇ ਅੱਜ ਅਸੀਂ ਗੱਲਬਾਤ ਕਰਨੀ ਆ ਫਿਲਮ ਦੀ ਹੀਰੋਇਨ ਰਵਨੀਤ ਕੌਰ ਹੋਰਾਂ ਦੇ ਨਾਲ, ਜਿਨ੍ਹਾਂ ਨੇ ਬੱਬੂ ਮਾਨ ਹੋਣਾ ਦੇ ਓਪੋਜ਼ਿਟ ਕਿਰਦਾਰ ਨਿਭਾਇਆ ਆ। ਇਹਨਾਂ ਦਾ ਫਿਲਮ ਵਿਚਲਾ ਐਕਸਪੀਰੀਅੰਸ ਕਿਵੇਂ ਦਾ ਰਿਹਾ? ਪਹਿਲੀ ਇਹਨਾਂ ਦੀ ਪੰਜਾਬੀ ਫਿਲਮ ਆ, ਪੰਜਾਬ ਦੇ ਵਿੱਚ ਪੰਜਾਬੀ ਆਡੀਅੰਸ ਦੇ ਨਾਲ ਇਹਨਾਂ ਦਾ ਕਿਵੇਂ ਦਾ ਐਕਸਪੀਰੀਅੰਸ ਰਿਹਾ, ਸਾਰੀਆਂ ਗੱਲਾਂ ਬਾਤਾਂ ਕਰਨੀਆਂ ਆ। ਜਿੱਦਾਂ ਅਸੀਂ ਸਾਰੇ ਐਕਸਾਈਟਡ ਹੈਗੇ ਕਿਉਂਕਿ ਕਾਫੀ ਸਾਲ ਪਹਿਲਾਂ ਇਹ ਫਿਲਮ ਸ਼ੂਟ ਹੋ ਚੁੱਕੀ ਸੀਗੀ ਅਤੇ ਹੁਣ ਰਿਲੀਜ਼ ਹੋਣ ਵਾਲੀ ਆ, ਇਹਨਾਂ ਦੇ ਅੰਦਰ ਕੀ ਕੁਛ ਚੱਲ ਰਿਹਾ ਹੁਣ, ਕਿਉਂਕਿ 20 ਸਤੰਬਰ ਥੋੜ੍ਹੇ ਹੀ ਦਿਨ ਰਹਿ ਗਏ ਆ ਫਿਲਮ ਰਿਲੀਜ਼ ਹੋ ਜਾਣੀ ਆ, ਇਹਨਾਂ ਤੋਂ ਜਾਣਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਆ ਤੁਹਾਡਾ? ਬਹੁਤ ਵਧੀਆ, ਤੁਸੀਂ ਸੋਹਣੇ ਬਹੁਤ ਲੱਗ ਰਹੇ ਹੋ। ਥੈਂਕ ਯੂ ਜੀ, ਤੁਸੀਂ ਵੀ। ਆਪਾਂ ਜਦੋਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਤੁਹਾਡੀ ਫਸਟ ਪੰਜਾਬੀ ਫਿਲਮ ਆ, ਬਹੁਤ ਸੋਹਣਾ ਐਕਸਪੀਰੀਅੰਸ ਰਿਹਾ, ਉਹ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸੋ ਕਿ ਕੀ ਦਰ ਐਕਸਪੀਰੀਅੰਸ ਕੀਤਾ ਜੋ ਤੁਹਾਨੂੰ ਬਹੁਤ ਜ਼ਿਆਦਾ ਐਕਸਾਈਟਡ ਵੀ ਕਰ ਰਿਹਾ। ਵੈਸੇ ਮੈਂ ਮੁੰਬਈ 'ਚ ਕੰਮ ਕਰ ਚੁੱਕੀ ਹਾਂ ਜੀ, ਦੋ ਵੈਬ ਸੀਰੀਜ਼ ਕਰ ਚੁੱਕੀ ਹਾਂ, ਦੋ ਸੀਰੀਅਲ ਕਰ ਚੁੱਕੀ ਹਾਂ, ਅਤੇ ਪੰਜਾਬੀ ਇੰਡਸਟਰੀ 'ਚ ਇਹ ਮੇਰਾ ਪਹਿਲਾ ਐਕਸਪੀਰੀਅੰਸ ਸੀਗਾ, ਅਤੇ ਜਦ ਮੈਨੂੰ ਕਾਲ ਆਈ ਤਾਂ ਮੈਂ ਸੋਚਿਆ ਕਿ ਯਾਰ ਪੰਜਾਬੀ ਇੰਡਸਟਰੀ 'ਚ ਉਹ ਕਾਲ ਆਇਆ, ਠੀਕ ਹੈ ਯਾਰ ਬਹੁਤ ਵਧੀਆ ਗੱਲ ਹੈ। ਅਤੇ ਸਾਗਰ ਵਾਲੇ ਦੀ ਤਰਫ ਤੋਂ ਕਾਲ ਆਇਆ ਤਾਂ ਪਹਿਲਾਂ ਤਾਂ ਮੈਂ ਉੱਥੇ ਹੀ ਐਕਸਾਈਟਡ ਹੋ ਗਈ, ਕਿਉਂਕਿ ਉਹਨਾਂ ਦਾ ਡੈਫੀਨੇਟ ਇੰਨਾ ਨਾਂ ਹੈ ਜੀ। ਅਤੇ ਜਦ ਮੈਨੂੰ ਪਤਾ ਲੱਗਿਆ ਕਿ ਬੱਬੂ ਮਾਨ ਨੇ, ਯੂ ਨੋ ਲਾਈਕ, ਮੈਂ ਕਿਹਾ ਮੈਂ ਕੋਈ ਸਕ੍ਰਿਪਟ ਨਹੀਂ ਪੜ੍ਹਨੀ, ਮੈਂ ਕੋਈ ਸਟੋਰੀ ਨਹੀਂ ਦੇਖਣੀ, ਬੱਬੂ ਮਾਨ ਜੀ ਨੇ, ਮੈਂ ਕਿਹਾ ਓਕੇ ਡਨ ਹੈ। ਅਤੇ ਉਹ ਮੇਰਾ ਐਕਸਪੀਰੀਅੰਸ ਬੜਾ ਹੀ ਅੱਛਾ ਸੀਗਾ, ਕਿਉਂਕਿ ਪੰਜਾਬੀ ਇੰਡਸਟਰੀ 'ਚ ਉਹ ਮੇਰੀ ਫਸਟ ਐਂਟਰੀ ਸੀਗੀ ਉਸ ਟਾਈਮ, ਅਤੇ ਡੈਫੀਨੇਟਲੀ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਸੀਗਾ ਜਦ ਉਹਨਾਂ ਦਾ ਉਹ ਕਾਲ ਆਇਆ, ਔਰ ਮੈਨੂੰ ਪਤਾ ਲੱਗਿਆ ਮੈਂ ਬੱਬੂ ਮਾਨ ਜੀ ਦੇ ਅਪੋਜ਼ਿਟ ਹਾਂ, ਅਤੇ ਉਹ ਖੁਸ਼ੀ ਤਾਂ ਮੈਂ ਦੱਸ ਨਹੀਂ ਸਕਦੀ। ਸ਼ੂਟ ਸੈੱਟ 'ਤੇ ਹੀ ਬੱਬੂ ਮਾਨ ਹੋਣਾ ਨਾਲ ਪਹਿਲੀ ਮੁਲਾਕਾਤ ਹੋਈ ਜੀ, ਉੱਥੇ ਪਹਿਲਾਂ ਕਿਵੇਂ ਦਾ ਰਿਹਾ ਉਹਨਾਂ ਨੂੰ, ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਕਿ ਬੱਬੂ ਮਾਨ ਹੋਣਾ ਤਾਂ ਬਹੁਤ ਗੁੱਸੇ ਵਾਲਾ ਸੁਭਾਅ ਆ, ਬਹੁਤ ਮਤਲਬ ਕਿ ਡਰ ਕੇ ਰਹਿੰਦੇ ਨੇ ਸਾਰੇ ਉਹਨਾਂ ਤੋਂ, ਹਨਾ, ਕਿ ਪਤਾ ਨਹੀਂ ਅੱਗੇ ਜੇ ਕੁਛ ਇੱਦਾਂ ਦਾ ਕੁਛ ਬੋਲ ਦੇ ਕਿ ਉਹ ਗੁੱਸੇ 'ਚ ਆ ਜਾਣ। ਤੁਹਾਡਾ ਤੁਸੀਂ ਨਾਲ ਕੰਮ ਕੀਤਾ ਆ, ਕਿਵੇਂ ਦਾ ਐਕਸਪੀਰੀਅੰਸ ਰਿਹਾ ਉਹਨਾਂ ਦੇ ਨਾਲ? ਵੈਸੇ ਸੱਚੀ ਦੱਸਾਂ ਤਾਂ ਮੈਂ ਸ਼ੁਰੂ ਤੋਂ ਬੱਬੂ ਮਾਨ ਜੀ ਦੇ ਗਾਣੇ ਸੁਣਦੀ ਆ ਰਹੀ ਹਾਂ, ਉਹਨਾਂ ਦੇ ਇੰਨੇ ਸੋਹਣੇ ਸੋਹਣੇ ਗਾਣੇ ਉਹਨਾਂ ਨੇ ਗਾਏ ਨੇ, ਅਤੇ ਕਦੇ ਵੀ ਨਾ ਮੈਂ ਨਹੀਂ ਸੁਣਿਆ ਸੀ ਉਹਨਾਂ ਬਾਰੇ ਕਿ ਉਹ ਬੜੇ ਯੂ ਨੋ ਲਾਈਕ ਗੁੱਸੇ ਵਾਲੇ ਨੇ ਜਾਂ ਕੁਛ ਵੀ, ਕਦੇ ਨਹੀਂ ਸੁਣਿਆ। ਮੇ ਬੀ ਹੋ ਸਕਦਾ ਸ਼ਾਇਦ ਮੈਂ ਇਸ ਇੰਡਸਟਰੀ 'ਚ ਐਂਟਰੀ ਨਹੀਂ ਕੀਤਾ ਸੀ, ਅਤੇ ਬੱਬੂ ਮਾਨ ਜੀ ਦੇ ਲਈ ਜਿੱਦਾਂ ਲੋਕ ਬੋਲਦੇ ਨੇ ਗੁੱਸੇ ਵਾਲੇ ਨੇ,
ਉਹ ਤੋਂ ਹੀ ਅਪੋਜ਼ਿਟ ਮੈਂ ਉਹਨਾਂ ਨੂੰ ਦੇਖਿਆ ਸੈੱਟ ਤੇ। ਲਾਈਕ ਜਦ ਅਸੀਂ ਸੈੱਟ ਤੇ ਜਾਂਦੇ ਸੀਗੇ, ਅਸੀਂ ਕੰਮ ਵੀ ਕਰਦੇ ਸੀਗੇ, ਤੇ ਸਰ ਨਾ ਬਹੁਤ ਹੀ ਕੰਫਰਟੇਬਲ ਜ਼ੋਨ ਦਿੰਦੇ ਸੀ ਕਿਉਂਕਿ ਦਿਸ ਇਜ਼ ਮਾਈ ਫਰਸਟ ਮੂਵੀ ਜੀ, ਤੇ ਉਹਨਾਂ ਨੂੰ ਇਹ ਹੁੰਦਾ ਸੀਗਾ ਕਿ ਕਿਤੇ ਮੈਂ ਨਾ ਅਨਕੰਫਰਟੇਬਲ ਫੀਲ ਨਾ ਕਰਾਂ, ਤੇ ਉਹ ਮੈਨੂੰ ਕੰਫਰਟੇਬਲ ਫੀਲ ਕਰਾਉਂਦੇ ਸੀ ਕਿ ਤੁਸੀਂ ਓਕੇ ਹੋ, ਉਹਨਾਂ ਅਸੀਂ ਸੀਨ ਕਰੀਏ, ਠੀਕ ਹੋ। ਪਰ ਮੇਰੀ ਨਾ ਏਦਾਂ ਹੁੰਦਾ ਸੀ, ਹਾਏ ਯਾਰ ਬੱਬੂ ਮਾਂ ਜੀ ਦੇ ਨਾਲ ਅੱਛਾ ਕਿਤੇ ਕੋਈ ਗਲਤੀ ਨਾ ਹੋ ਜਾਏ, ਸਾਰੇ ਬੋਲਦੇ ਨੇ ਕਿ ਗੁੱਸੇ ਵਾਲੇ ਨੇ ਕਿਤੇ ਗੁੱਸਾ ਨਾ ਆ ਜਾਏ, ਨੋ ਨਥਿੰਗ, ਏਦਾਂ ਤਾਂ ਕੁਛ ਵੀ ਨਹੀਂ ਹੋਇਆ। ਬਲਕਿ ਅਸੀਂ ਜਦ ਸ਼ੂਟਿੰਗ ਕਰ ਰਹੇ ਸੀਗੇ, ਮੈਂ ਜੋ ਉਹੀ ਸ਼ੇਅਰ ਕਰੇ, ਪਹਿਲਾਂ ਵੀ ਮੈਂ ਇੰਟਰਵਿਊ 'ਚ ਇਹ ਸ਼ੇਅਰ ਕੀਤਾ ਸੀ ਕਿ ਆਪਣੀ ਪੰਜਾਬੀ ਇੰਡਸਟਰੀ ਨਾ ਇੰਨਾ ਆਪਣਾਪਣ ਟੱਚ ਹੈ ਨਾ ਬਹੁਤ ਜ਼ਿਆਦਾ, ਕਿਉਂਕਿ ਮੈਂ ਬੰਬੇ 'ਚ ਵੀ ਕੰਮ ਕਰ ਚੁੱਕੀ ਹਾਂ। ਮੈਂ ਇਹ ਨਹੀਂ ਕਹਿ ਰਹੀ ਕਿ ਉਹਨਾਂ ਦੀ ਇੰਡਸਟਰੀ 'ਚ ਆਪਣਾਪਣ ਨਹੀਂ ਹੈਗਾ, ਉਹ ਵੀ ਬਹੁਤ ਅੱਛੇ ਨੇ, ਉਹਨਾਂ ਦਾ ਵੀ ਹੈਗਾ, ਪਰ ਉੱਥੇ ਨਾ ਬੜੇ ਪ੍ਰੈਕਟੀਕਲ ਅਤੇ ਪ੍ਰੋਫੈਸ਼ਨਲੀ ਕੰਮ ਕਰਦੇ ਜੀ। ਪਰ ਆਪਣੀ ਪੰਜਾਬ ਇੰਡਸਟਰੀ 'ਚ ਜਦ ਮੈਂ ਪਹਿਲੀ ਮੂਵੀ ਕੀਤੀ ਅਤੇ ਮੇਰਾ ਜਿਹੜਾ ਐਕਸਪੀਰੀਅੰਸ ਤਾ ਉਹ ਮੈਨੂੰ ਇੱਦਾਂ ਲੱਗਿਆ ਜਿਵੇਂ ਮੈਂ ਨਾ ਆਪਣੇ ਘਰ ਤੋਂ ਆਪਣੇ ਪਿੰਡ ਆਈ ਹਾਂ ਅਤੇ ਹੋਲੀਡੇ ਮਨਾ ਰਹੀ ਹਾਂ, ਮੈਂ ਇੱਦਾਂ ਦਾ ਫੀਲ ਹੋਇਆ। ਅਤੇ ਮੈਨੂੰ ਬਹੁਤ ਹੀ ਅੱਛਾ ਐਕਸਪੀਰੀਅੰਸ ਰਿਹਾ ਸਾਰਿਆਂ ਦੇ ਨਾਲ, ਅਮਿਤੋ ਸਰ ਦੇ ਨਾਲ, ਲਾਈਕ ਮੈਨੂੰ ਮੂਵੀ ਕਰਕੇ ਮੈਨੂੰ ਬਹੁਤ ਹੀ ਅੱਛਾ ਲੱਗਿਆ। ਮੈਨੂੰ ਬਿਲਕੁਲ ਵੀ ਇੱਦਾਂ ਦਾ ਨਹੀਂ ਹੋਇਆ ਕਿ ਮੇਰੀ ਫਸਟ ਮੂਵੀ ਹੈ ਅਤੇ ਥੋੜ੍ਹਾ ਜਿਹਾ ਹੁੰਦੀ ਨਾ ਘਬਰਾਹਟ ਜਿਹੀ ਹੁੰਦੀ ਹੈ, ਉੱਥੇ ਜਾ ਕੇ ਬਿਲਕੁਲ ਨਹੀਂ, ਨਹੀਂ ਸਭ ਬੜੇ ਹੀ ਅੱਛੇ, ਬੱਬੂ ਮਨ ਸਰ, ਚਿਮਾ ਸਰ, ਲਾਈਕ ਸਰਬਜੀ ਚਿਮਾ ਸਰ, ਔਰ ਸਾਰੇ ਅਮਿਤੋ ਸਰ, ਲਾਈਕ ਬਹੁਤ ਹੀ ਅੱਛਾ ਐਕਸਪੀਰੀਅੰਸ ਹੈਗਾ ਮੇਰਾ ਸਾਰਿਆਂ ਦੇ ਨਾਲ, ਅਤੇ ਮੂਵੀ ਦਾ ਐਕਸਪੀਰੀਅੰਸ ਤਾਂ ਲਾਈਕ ਗ੍ਰੇਟ। ਜਿੱਦਾਂ ਇਹ ਪੀਰੀਅਡ ਫਿਲਮ ਆ ਹੈ ਨਾ, ਇਹ ਕਹਾਣੀ ਬਹੁਤਿਆਂ ਨੇ ਸੁਣੀ ਹੋਈ ਆ, ਗਾਣਿਆਂ ਦੇ ਵਿੱਚ ਵੀ ਕਿੱਸਾ ਸੁਣਿਆ ਹੋਇਆ ਸੁੱਚਾ ਸੂਰਮਾ ਦਾ, ਹੈ ਨਾ? ਤੁਹਾਨੂੰ ਪਤਾ ਸੀ ਇਸ ਕਹਾਣੀ ਦੇ ਬਾਰੇ, ਪਹਿਲਾਂ ਸੁਣਿਆ ਸੀ ਇਹਦੇ ਬਾਰੇ ਕੁਛ? ਪਹਿਲਾਂ ਨਾ ਮੈਂ ਜਦ, ਕਿਉਂਕਿ ਮੈਂ ਜਦ ਇਸ ਇੰਡਸਟਰੀ 'ਚ ਆਈ ਹਾਂ ਤਾਂ ਮੈਂ ਸਟਾਰਟ ਵੀ ਲਾਈਕ ਮੁੰਬਈ ਤੋਂ ਹੀ ਕੀਤਾ, ਅਤੇ ਮੈਂ ਕਦੇ ਸੁਣਿਆ ਨਹੀਂ ਕੋਈ ਇੱਦਾਂ ਦੀ ਰੀਅਲ ਕਹਾਣੀ ਹੈ। ਅਤੇ ਜਦ ਮੈਂ ਸ਼ੂਟਿੰਗ ਕਰ ਰਹੀ ਸੀ, ਮੈਨੂੰ, ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਜਦ ਮੈਨੂੰ ਪਤਾ ਲੱਗੀ ਬੱਬੂ ਮਾਨ ਸਰ ਨੇ, ਤਾਂ ਮੈਂ ਤਾਂ ਸਟੋਰੀ ਪੜ੍ਹੀ ਵੀ ਨਹੀਂ, ਕਹਾਣੀ ਵੀ ਨਹੀਂ ਸੁਣੀ, ਸੁਣ ਕੇ ਹਾਂ ਕਰ, ਸਰ ਦਾ ਨਾਂ ਸੁਣ ਕੇ ਮੈਂ ਕਿਹਾ ਓਕੇ ਹੈ। ਅਤੇ ਜਦ ਮੈਂ ਆਈ ਫਿਰ ਮੈਨੂੰ ਉੱਥੇ ਦੱਸਿਆ ਕਿ ਇੱਦਾਂ ਇੱਦਾਂ ਦਾ ਸਟੋਰੀ, ਮੈਂ ਕਿਹਾ ਅੱਛਾ ਓਕੇ ਨਾਈਸ, ਮੈਂ ਕਿ ਇੱਦਾਂ ਵੀ ਹੋ ਚੁੱਕਿਆ ਜਾਂ ਇੱਦਾਂ ਦੀ ਸਟੋਰੀ ਹੈ, ਤਾਂ ਆਈ ਐਮ ਵੈਰੀ ਗ੍ਰੇਟਫੁਲ ਕਿ ਉਹ ਰੀਅਲ ਸਟੋਰੀ ਦੀ ਮੈਂ ਇੱਕ ਫਿਲਮ ਬਣਾ ਰਹੇ ਨੇ ਤੇ ਉਹਦਾ ਮੈਂ ਇੱਕ ਪਾਰਟ ਹਾਂ, ਤੇ ਮੈਨੂੰ ਬੜਾ ਹੀ ਥੋੜਾ ਇੱਦਾਂ ਫੀਲ ਹੋਇਆ ਕਿ ਯਾਰ ਚਲੋ ਅੱਛਾ ਹੀ ਹੈ, ਬਹੁਤ ਹੀ ਅੱਛਾ ਹੈ, ਕਿ ਜਿਹੜੀ ਸਟੋਰੀ ਮੈਂ ਕਦੇ ਸੁਣੀ ਨਹੀਂ ਸੀਗੀ ਔਰ ਰੀਅਲ ਸਟੋਰੀ ਹੈ, ਉਹ ਮੂਵੀ ਦਾ ਮੈਂ ਇੱਕ ਪਾਰਟ ਬਣ ਜਾ ਰਹੀ ਹਾਂ, ਤਾਂ ਮੈਂ ਬਹੁਤ ਖੁਸ਼ ਸੀਗੀ। ਫਿਲਮ ਵਿਚਲਾ ਤੁਹਾਡਾ ਜਿਹੜਾ ਕਿਰਦਾਰ ਆ ਜੀ, ਉਹ ਜਦੋਂ ਤੁਸੀਂ ਅਦਾ ਕਰ ਰਹੇ ਸੀ, ਸ਼ੂਟ ਕਰ ਰਹੇ ਸੀ ਜੀ, ਕੀ ਫੀਲ ਹੁੰਦਾ ਸੀ? ਕਿਉਂਕਿ ਤੁਹਾਡੇ ਕੋਸਚਿਊਮ ਬਹੁਤ ਹੀ ਸੋਹਣੇ ਆ, ਤੁਹਾਡੀ ਲੁੱਕ ਬਹੁਤ ਸੋਹਣੀ ਨਜ਼ਰ ਆ ਰਹੀ, ਅਸੀਂ ਦੇਖਿਆ ਪੋਸਟਰ ਦੇ ਵਿੱਚ ਵੀ ਸੋਹਣੇ ਲੱਗ ਰਹੇ ਹੋ ਤੇ ਟ੍ਰੇਲਰ ਦੇ ਵਿੱਚ ਵੀ, ਹਨਾ? ਤੇ ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਜਦੋਂ ਤੁਹਾਨੂੰ ਉਹ ਲੁੱਕ, ਜੇ ਤੁਸੀਂ ਆਪਣੀ ਲੁੱਕ ਉਹ ਦੇਖੀ, ਤੁਹਾਡਾ ਕੀ ਉਹ ਰਿਐਕਸ਼ਨ ਸੀਗਾ ਉਹਦੇ ਤੇ? ਮੈਂ ਦੇਖੀ ਰੀਅਲੀ ਵਾਓ, ਆਈ ਐਮ ਸੋ ਬਿਊਟੀਫੁਲ। ਦੇ ਆਪਣਾ ਨਾ ਪੰਜਾਬ ਇੰਟਾਇਰ ਜਿਹੜਾ ਹੈ ਨਾ, ਉਹ ਡੈਫੀਨੇਟਲੀ ਬਹੁਤ ਹੀ ਸੋਹਣਾ ਹੈ, ਬਿਲਕੁਲ ਰਾਈਟ। ਔਰ ਜਿਹੜਾ ਇਹ ਮੂਵੀ 'ਚ ਇਹਨਾਂ ਨੇ ਦਿੱਤਾ ਹੈ ਨਾ ਮੈਨੂੰ, ਲਾਈਕ ਇੱਕ ਇੰਟਾਇਰ ਪੂਰਾ, ਉਹ ਟਿੱਕਾ, ਮਾਂਗ ਟਿੱਕਾ ਵਗੈਰਾ, ਉਹ ਪੂਰਾ ਨਾ ਮੈਂ ਸੋਚਦੀ ਸੀਗੀ ਹਾਂ ਯਾਰ ਬੜੇ ਸੋਹਣੇ, ਮੈਂ ਕਦੇ ਪਾਇਆ ਨਹੀਂ ਸੀਗਾ, ਪਰ ਇਹ ਮੂਵੀ 'ਚ ਪਾਇਆ, ਮੈਨੂੰ ਬੜਾ ਹੀ ਉਹਨਾਂ ਦੇ ਕੱਪੜੇ, ਕੋਸਟਿਊਮ, ਲਾਈਕ ਬਹੁਤ ਹੀ ਅਲੱਗ ਸੀਗਾ, ਤੇ ਮੈਨੂੰ ਦੇਖ ਕੇ ਨਾ ਆਪਣੇ ਆਪ ਨੂੰ ਥੋੜ੍ਹਾ ਜਿਹਾ ਅੱਛਾ ਲੱਗਾ, ਯਾਰ ਹਾਂ ਮੈਂ ਅੱਛੀ ਲੱਗ ਰਹੀ ਹਾਂ, ਯਾਰ ਸੋਹਣਾ ਲੱਗ ਰਿਹਾ। ਤੇ ਉਹ ਐਕਸਪੀਰੀਅੰਸ ਵੀ ਬਹੁਤ ਹੀ ਅੱਛਾ ਸੀਗਾ, ਕਿਉਂਕਿ ਉਹ ਇੱਕਦਮ ਜੇ ਅਲੱਗ ਕੋਸਟਿਊਮ ਪਾਇਆ ਮੈਂ, ਪੰਜਾਬੀ ਕੋਸਟਿਊਮ ਪਾਇਆ, ਸੂਟ ਸਲਵਾਰ, ਤੇ ਮੈਂ ਪਾ ਕੇ ਵੀ ਨਾ ਬੜੀ ਰੀਲ ਵੀਲ ਬਣਾਉਂਦੀ ਸੀ, ਹਾਂਜੀ ਚਲੋ ਮੇਰੀ ਰੀਲ ਬਣਾ, ਚਲੋ ਜੀ ਇਹ ਕਰੋ, ਤੇ ਮੈਂ ਇੱਕ ਵੀਡੀਓ ਬਣਾਈ ਸੀ, ਮੈਂ ਉੱਥੇ ਬੈਠ ਕੇ ਨਾ ਪੰਜੀਰੀ ਬਣਾ ਰਹੀ ਹਾਂ, ਤੇ ਮੈਨੂੰ ਨਾ ਇੱਦਾਂ ਫੀਲ ਹੋਇਆ ਕਿ ਮੈਂ ਪੰਜਾਬ 'ਚ ਹੀ ਆ ਗਈ ਹਾਂ, ਤੇ ਬੜਾ ਹੀ ਅੱਛਾ ਸੀਗਾ, ਬਹੁਤ ਹੀ ਅੱਛਾ। ਤੇ ਆਪਣੇ ਫਿਲਮ ਵਿਚਲਾ ਜਿਹੜਾ ਤੁਹਾਡਾ ਕਿਰਦਾਰ ਆ, ਉਹਦੇ ਲਈ ਕੀ ਤਿਆਰੀ ਤੁਸੀਂ ਕੀਤੀ? ਕਿਉਂਕਿ ਐਕਟ ਕਰਨਾ, ਕਿਸੇ ਕਰੈਕਟਰ ਨੂੰ ਅਦਾ ਕਰਨਾ ਜਿਹੜਾ ਹੋ ਚੁੱਕਾ ਆ, ਉਹਦੇ ਲਈ ਤੁਸੀਂ ਕਈ ਚੀਜ਼ਾਂ ਸਿੱਖਦੇ ਹੋ, ਇਹਦੇ ਲਈ ਤੁਸੀਂ ਕਿੰਨੀ ਕੁ ਤਿਆਰੀ ਕੀਤੀ ਸੀਗੀ?
ਸਭ ਤੋਂ ਪਹਿਲਾਂ ਤਾਂ ਇਹ ਤਿਆਰੀ ਕੀਤੀ ਕਿ ਸਰ ਦੇ ਬਾਰੇ ਜਦ ਸੁਣਿਆ ਸੀ ਨਾ ਗੁੱਸੇ ਵਾਲੇ ਕਿ ਫਾਈ ਉਹਨਾਂ ਦੇ ਸਾਹਮਣੇ ਮੈਂ ਕਿਵੇਂ ਕਰਾਂਗੀ ਕਿਤੇ ਮੈਂ ਮਾੜਾ ਜਿਹਾ ਟੇਕ ਦੁਬਾਰਾ ਲੈ ਲੈ ਕਿਤੇ ਗੁੱਸਾ ਹੀ ਨਾ ਕਰ ਜਾਣ ਪਰ ਟੱਚ ਵੁੱਡ ਕਿ ਇੱਦਾਂ ਦਾ ਮੈਂ ਨਹੀਂ ਫੇਸ ਕੀਤਾ ਕੁਛ ਵੀ ਨਾ ਮੈਨੂੰ ਸਰ ਦਾ ਬਿਹੇਵ ਇੱਦਾਂ ਦਾ ਕੁਛ ਲੱਗਿਆ ਕਦੇ ਜਦ ਲਾਈਕ ਮੈਂ ਜਦ ਇਹ ਮੂਵੀ ਕਰ ਰਹੀ ਸੀ ਕਾਲ ਆਈ ਸੀ ਅਤੇ ਮੈਂ ਸੱਚੀ ਦੱਸਾਂ ਨਾ ਕੋਈ ਤਿਆਰੀ ਇੱਦਾਂ ਦੀ ਨਹੀਂ ਕੀਤੀ ਇੱਕ ਤਾਂ ਮੈਂ ਆਲਰੇਡੀ ਪੰਜਾਬ ਤੋਂ ਬੇਸ ਹਾਂ ਮੇਰੀ ਮੋਮ ਪੰਜਾਬ ਦੀ ਬੇਸ ਨੇ ਅਤੇ ਮੈਂ ਤਾਂ ਦਿੱਲੀ ਬੋਰਨ ਐਂਡ ਬੋਟਮ ਹੈ ਪਰ ਮੇਰਾ ਟੱਚ ਪੰਜਾਬ ਤੋਂ ਹੀ ਹੈ ਅਤੇ ਇਹ ਤਾਂ ਮੈਂ ਤਿਆਰੀ ਨਹੀਂ ਕੀਤੀ ਕਿ ਹਾਂ ਮੈਂ ਉੱਥੇ ਜਾ ਕੇ ਸ਼ੂਟਿੰਗ ਕਰਨੀ ਹੈ ਤਿਆਰੀ ਕਰਨੀ ਪਏਗੀ ਇੱਦਾਂ ਕੁਛ ਨਹੀਂ ਕਿਉਂਕਿ ਇੱਥੇ ਜਦ ਮੈਂ ਆਈ ਨਾ ਮੈਨੂੰ ਇੰਨਾ ਕੰਫਰਟੇਬਲ ਜ਼ੋਨ ਫੀਲ ਹੋਇਆ ਨਾ ਕਿ ਮੈਨੂੰ ਤਿਆਰੀ ਨਹੀਂ ਕਰਨੀ ਬੜੀ ਸਭ ਨੈਚੁਰਲੀ ਹੁੰਦਾ ਰਿਹਾ ਹਾਂ ਸਭ ਨੈਚੁਰਲੀ ਹੁੰਦਾ ਅਤੇ ਬੱਬੂ ਮਾਨ ਉਹ ਮੇਰੀ ਬੜੀ ਲਵ ਟ੍ਰੈਂਗਲ ਹੈ ਅਤੇ ਲਵ ਸਟੋਰੀ ਟਾਈਪ ਹੈ ਤਾਂ ਉਹ ਮੈਨੂੰ ਜ਼ਿਆਦਾ ਨਹੀਂ ਕੁਛ ਉਹਦੇ 'ਚ ਕਰਨਾ ਪਿਆ ਬਸ ਉਹੀ ਮੈਂ ਦੱਸ ਰਹੀ ਕਿ ਇੱਕ ਡਰ ਸੀਗਾ ਕਿਤੇ ਮੈਂ ਕੁਛ ਟੇਕ ਨਾ ਲੈ ਲਾਂ ਜ਼ਿਆਦਾ ਸਰ ਗੁੱਸਾ ਨਾ ਹੋ ਜਾਣਾ ਬਸ ਇਹ ਤਿਆਰੀ ਜ਼ਰੂਰ ਕੀਤੀ ਸੀ ਮੈਂ ਕਿ ਉਹ ਤੋਂ ਇਲਾਵਾ ਤਾਂ ਹੋਰ ਕੋਈ ਤਿਆਰੀ ਨਹੀਂ ਕਿਹੜੇ ਸੀਨ 'ਤੇ ਜ਼ਿਆਦਾ ਟੇਕ ਹੋਏ ਸੀ ਆਈ ਥਿੰਕ ਦਿਸ ਵਨ ਜਿਹੜਾ ਹੁਣੇ ਟ੍ਰੇਲਰ 'ਚ ਤੁਸੀਂ ਦੇਖ ਰਹੇ ਹੋ ਡਰ ਤਾਂ ਨਹੀਂ ਜਾਏਗਾ ਕਿਉਂਕਿ ਉਸ ਟਾਈਮ ਨਾ ਬਹੁਤ ਠੰਡ ਸੀਗੀ ਤੇ ਜਦ ਅਸੀਂ ਕਰ ਰਹੇ ਸੀਗੇ ਤਾਂ ਮੈਂ ਬਾਰ ਬਾਰ ਨਾ ਹੱਥ ਸਿੱਖਣ ਜਾ ਰਹੀ ਫਿਰ ਆ ਰਹੀ ਫਿਰ ਹੱਥ ਸਿੱਖਣ ਜਾ ਰਹੀ ਤੇ ਉੱਥੇ ਨਾ ਇੱਕ ਪੇੜ ਦੇ ਥੱਲੇ ਸਾਡਾ ਇੱਕ ਸੀਨ ਸੀਗਾ ਕਿ ਆ ਕੇ ਦੋਨਾਂ ਨੇ ਹੱਥ ਫੜਨਾ ਤੇ ਕਦੇ ਮੈਂ ਇੱਕਦਮ ਅੱਗੇ ਹੋ ਜਾਂਦੀ ਸੀ ਕਦੇ ਸਰ ਅੱਗੇ ਹੋ ਜਾਂਦੇ ਸੀ ਉਹ ਥੋੜਾ ਜਿਹਾ ਠੀਕ ਹੋ ਨਹੀਂ ਤਾਂ ਬਾਕੀ ਤਾਂ ਹੋਰ ਕਿਸੇ ਦੇ ਬਾਕੀ ਸਾਰਾ ਵਧੀਆ ਚੱਲ ਬਹੁਤ ਹੀ ਵਧੀਆ ਜਿੱਦਾਂ ਤੁਸੀਂ ਪੰਜਾਬੀ ਇੰਨੀ ਸੋਹਣੀ ਬੋਲਦੇ ਤੁਸੀਂ ਕਿਹਾ ਕਿ ਮੁੰਬਈ ਤੋਂ ਤੁਸੀਂ ਸਟਾਰਟ ਕੀਤਾ ਹਨਾ ਸਾਰਾ ਕੰਮ ਉੱਥੇ ਹੀ ਕੀਤਾ ਆ ਤੇ ਮੈਂ ਉਹੀ ਮੈਂ ਕਿਹਾ ਪੰਜਾਬੀ ਤਾਂ ਬਹੁਤ ਸੋਹਣੀ ਬੋਲਦੇ ਆ ਨਹੀਂ ਤਾਂ ਮੁੰਬਈ ਤੋਂ ਜਿਹੜੀਆਂ ਕੁੜੀਆਂ ਸਾਡੇ ਇੱਧਰ ਫਿਲਮਾਂ ਦੇ ਵਿੱਚ ਆਉਂਦੀਆਂ ਆ ਉਹ ਤਾਂ ਹਿੰਦੀ ਮੇਂ ਹੀ ਬਾਤ ਕਰਤੀ ਹੈ ਉਹ ਤਾਂ ਕਿਊਟ ਹਿੰਦੀ ਕਿਊਟ ਹਿੰਦੀ ਹੁੰਦੀ ਆ ਪਰ ਤੁਹਾਡੀ ਪੰਜਾਬੀ ਵੀ ਬਹੁਤ ਸੋਹਣੀ ਆ ਥੈਂਕ ਯੂ ਮੰਮੀ ਹੁਣਾਂ ਨੇ ਤੁਹਾਡੇ ਨੇ ਸਿਖਾਈ ਹੋਈ ਪੂਰੀ ਪੰਜਾਬੀ ਘਰੇ ਪੰਜਾਬੀ ਬੋਲਦੇ ਐਮ ਉਹੀ ਮੈਂ ਦੱਸ ਰਹੀ ਕਿ ਮੇਰੀ ਮੰਮੀ ਨਾ ਹਲੇ ਵੀ ਪੰਜਾਬ ਤੋਂ ਹੀ ਟੱਚ ਨੇ ਉਹ ਹਲੇ ਵੀ ਨਾ ਆਪਣੇ ਸਿਰ ਤੋਂ ਬਿਲਕੁਲ ਵੀ ਦੁਪੱਟਾ ਨਹੀਂ ਤਾਰਦੇ ਬਿਲਕੁਲ ਹੀ ਵੱਧਾ ਹੀ ਦੇ ਟੱਚ ਨੇ ਉਹ ਤੇ ਉਹ ਜਦ ਵੀ ਗੱਲ ਕਰਦੇ ਨੇ ਕਿਸੇ ਨੇ ਨਾ ਪੰਜਾਬੀ ਦੇ ਨਾਲ ਹੀ ਤੇ ਸਾਡੇ ਨੇਬਰ ਨੇ ਉਹ ਵੀ ਆ ਕੇ ਕਹਿੰਦੇ ਨੇ ਆਂਟੀ ਕਿਆ ਕਹਿ ਰਹੀ ਹੈ ਕੋਈ ਨੀ ਮੇਰੀ ਮੰਮੀ ਮਤਲਬ ਇੰਨਾ ਸੋਹਣੀ ਪੰਜਾਬੀ ਬੋਲਦੇ ਨੇ ਉਹਨਾਂ ਨੂੰ ਦੇਖ ਦੇਖ ਕੇ ਸੁਣ ਸੁਣ ਕੇ ਸਾਨੂੰ ਵੀ ਪੰਜਾਬੀ ਹੋ ਗਈ ਹਾਂ ਜਿੱਦਾਂ ਤੁਸੀਂ ਬੰਬੇ ਵੀ ਕੰਮ ਕੀਤਾ ਹਾਂਜੀ ਪੰਜਾਬੀ ਸਿਨੇਮਾ ਦੇ ਵਿੱਚ ਤੁਸੀਂ ਹੁਣ ਸ਼ਾਮਿਲ ਹੋ ਚੁੱਕੇ ਹੋ ਪਾਰਟ ਬਣ ਚੁੱਕੇ ਹੋ ਹਨਾ ਕਿਵੇਂ ਦੀਆਂ ਫਿਲਮਾਂ ਜਿਹੜੀਆਂ ਤੁਸੀਂ ਇੱਥੇ ਕਰਨਾ ਚਾਹੁੰਦੇ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਹੋਰ ਮਿਲਣ ਕਿਉਂਕਿ ਤੁਸੀਂ ਹੁਣ ਰਚ ਮਿਚ ਤਾਂ ਗਏ ਹੋ ਪੰਜਾਬ ਦੇ ਵਿੱਚ ਬਿਲਕੁਲ ਤੇ ਕਿਵੇਂ ਦੇ ਚਾਹੁੰਦੇ ਹੋ ਕਿ ਤੁਹਾਨੂੰ ਇੱਦਾਂ ਦੀਆਂ ਵੀ ਫਿਲਮਾਂ ਹੁਣ ਮੈਂ ਇੱਦਾਂ ਦਾ ਕਿਰਦਾਰ ਵੀ ਅਦਾ ਕਰਨਾ ਚਾਹੁੰਦੀ ਹਾਂ ਦੇਖੋ ਇੱਕ ਆਰਟਿਸਟ ਦੇ ਲਈ ਨਾ ਸਾਰੇ ਕਿਰਦਾਰ ਬਹੁਤ ਹੀ ਅੱਛੇ ਹੁੰਦੇ ਨੇ ਹਨਾ ਉਹ ਹਰ ਕਿਰਦਾਰ ਨੂੰ ਆਪਣੇ ਬਹੁਤ ਹੀ ਦਿਲ ਨਾਲ ਕਰਦਾ ਹੈ ਉਹਨੂੰ ਕੁਛ ਵੀ ਮਿਲ ਜਾਏ ਪਰ ਅਗਰ ਤੁਸੀਂ ਕਹੋ ਕਿ ਮੇਰਾ ਫੇਵਰੇਟ ਕਿਰਦਾਰ ਹੋਏ ਤੇ ਜਿਵੇਂ ਮੈਂ ਚਾਹੁੰਦੀ ਹਾਂ ਰੀਅਲ ਸਟੋਰੀ ਬੇਸ ਜਿਵੇਂ ਹੁਣੇ ਇੱਕ ਰਜਨੀ ਬੀਬੀ ਰਜਨੀ ਆਈ ਹੈ ਹਨਾ ਉਦਾਂ ਦਾ ਕਰੈਕਟਰ ਜਿਹੜਾ ਬੜੇ ਹੀ ਰੀਅਲ ਹੋਏ ਹਨਾ ਕਿਸੇ ਦੇ ਨਾਲ ਟੱਚ ਹੋਏ ਉਹ ਮੈਂ ਕਿਰਦਾਰ ਜ਼ਰੂਰ ਕਰਨਾ ਚਾਹਾਂਗੀ ਨੈਕਸਟ ਕੋਈ ਵੀ ਮੇਰੇ ਕੋਲ ਪ੍ਰੋਜੈਕਟ ਆਏ ਤੇ ਉਹੀ ਹੈ ਬਸ ਉਹਦਾ ਤਾਂ ਕੋਈ ਕਿਰਦਾਰ ਹੋਏ ਤਾਂ ਡੈਫੀਨੇਟਲੀ ਮੈਂ ਦਿਲ ਖੋਲ ਕੇ ਕੰਮ ਕਰਾਂਗੀ ਵੈਸੇ ਤਾਂ ਸਾਰੇ ਕੰਮ ਮੈਂ ਦਿਲ ਖੋਲ ਕੇ ਕਰਾਂਗੀ ਪਰ ਉਹਦਾ ਦਾ ਕਿਰਦਾਰ ਮੈਂ ਜ਼ਰੂਰ ਕਰਨਾ ਚਾਹੁੰਦੀ ਹਾਂ ਰਵਨੀਤ ਫਿਲਮ ਦੇ ਜਿਹੜੇ 뮤직 ਆ ਗਾਣੇ ਆ ਕਿ ਬੱਬੂ ਮਾਨ ਉਹਨਾਂ ਨੇ ਲਿਖੇ ਆ ਕਿਹੜਾ ਗਾਣਾ ਤੁਹਾਡਾ ਫੇਵਰੇਟ ਆ ਯਾਰ ਵੈਸੇ ਤਾਂ ਨਾ ਇੱਕ ਗਾਣਾ ਹੈ ਜਿਹੜਾ ਬਹੁਤ ਹੀ ਲਵਿੰਗ ਸੌਂਗ ਵੀ ਕਹੂੰਗਾ ਰੋਮਾਂਟਿਕ ਸੌਂਗ ਹੈ ਜਿਹੜਾ ਮੈਨੂੰ ਥੋੜ੍ਹਾ ਜਿਹਾ ਲਾਈਨ ਯਾਦ ਹੈ ਲਾਈਕ ਉਹਦੀ ਕੁਛ ਵਰਡਿੰਗ ਹੁਣ ਯਾਦ ਨਹੀਂ ਆ ਰਹੀ ਮੈਨੂੰ ਕੋਈ ਨਹੀਂ ਤੇ ਉਹੀ ਰੋਮਾਂਟਿਕ ਸੌਂਗ ਹੈ ਜਿਹੜਾ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਹੁਣ ਰਿਲੀਜ਼ ਹੋਣ ਵਾਲਾ ਹੈ ਨੈਕਸਟ ਵੀਕ ਤੇ ਤੁਸੀਂ ਉਹ ਸੁਣੋਗੇ ਤਾਂ ਪਤਾ ਲੱਗ ਜਾਏਗਾ
ਤੇ ਤੁਸੀਂ ਕਹੋਗੇ ਤਾਂ ਮੈਂ ਦੇਖ ਕੇ ਦੱਸ ਸਕਦੀ ਕਿ ਉਹਦੇ ਸ਼ੁਰੂ ਕਿੱਥੋਂ ਹੋਏਗਾ, ਬਾਕੀ ਮੈਨੂੰ ਹਲੇ ਪਤਾ ਨਹੀਂ ਉਹ ਸੌਂਗ ਦਾ ਕਿਵੇਂ ਸਟਾਰਟਿੰਗ, ਕਿਉਂਕਿ ਟਾਈਮ ਹੋ ਗਿਆ ਥੋੜਾ ਜਿਹਾ, ਤੇ ਉਹ ਸੌਂਗ ਬਹੁਤ ਸੋਹਣਾ। ਤੁਸੀਂ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਬੱਬੂ ਮਾਨ ਉਹਨਾਂ ਨੂੰ ਪਹਿਲਾਂ ਵੀ ਸੁਣਿਆ, ਗਾਣੇ ਸੁਣਦੇ ਹੁੰਦੇ ਸੀ, ਤੁਹਾਨੂੰ ਪਸੰਦ ਹੁੰਦੇ ਸੀ, ਸੈੱਟ ਦੇ ਉੱਤੇ ਕਦੀ ਗਾਣਾ ਸੁਣਾਇਆ ਇਹਨਾਂ ਨੇ ਕਿ ਪੂਰੇ ਆਪਣੇ ਕਰੈਕਟਰ ਦੇ ਵਿੱਚ ਉਹ ਜਿਹੜਾ ਅਦਾਕਾਰਨਾ ਉੱਧਰ ਹੀ ਹੁੰਦੇ ਸੀ? ਬੱਬੂ ਜੀ ਨੇ ਵੈਸੇ ਕਦੇ ਵੀ ਮੂਵੀ ਦੌਰਾਨ ਸਾਡਾ ਇੱਦਾਂ 1-to-1 ਨਹੀਂ ਹੋਇਆ, ਕਿਉਂਕਿ ਇੱਕ ਤਾਂ ਮੈਂ ਉਹੀ ਚੀਜ਼ ਸੀਗੀ ਨਾ ਕਿ ਥੋੜਾ ਜਿਹਾ ਫਸਟ ਪ੍ਰੋਜੈਕਟ ਸੀਗਾ ਮੇਰਾ, ਤੇ ਸਰ ਦਾ ਵੀ ਮੈਂ ਸੁਣਿਆ ਸੀ ਕਿ ਥੋੜੇ ਗੁੱਸੇ ਰਹੇ, ਮੈਨੂੰ ਇਹ ਲੱਗਦਾ ਸੀ ਕਿ ਨਹੀਂ ਯਾਰ 1-to-1 ਵੈਸੇ ਸਰ ਨੇ ਕਦੇ ਵੀ ਮੈਂ ਨਹੀਂ ਦੇਖਿਆ ਉੱਥੇ ਕਿ ਕਿਸੇ ਦੇ ਨਾਲ ਰੂਡਲੀ ਗੱਲ ਕਰ ਰਹੇ ਨੇ ਜਾਂ ਸੈੱਟ ਤੇ ਬਹੁਤ ਹੀ ਯੂ ਨੋ ਅਨਪ੍ਰੋਫੈਸ਼ਨਲ ਬਿਹੇਵੀਅਰ ਹੈ। ਨੋ, ਇੱਕ ਵਾਰੀ ਸਾਡੀ ਸ਼ੂਟਿੰਗ ਹੋ ਰਹੀ ਸੀਗੀ ਇਹ ਸੌਂਗ ਦੀ, ਤੇ ਸਾਰੇ ਜਣੇ ਬੈਠੇ ਹੋਏ ਸੀ, ਬਲਕਿ ਬੱਬੂ ਸਾਹਿਬ ਕਹਿੰਦੇ ਕਿ ਤੁਸੀਂ ਏਦਾਂ ਠਰ ਠਰ ਕਰੀ ਜਾਂਦੇ ਹੋ, ਚਲੋ ਲਾਈਕ ਲੱਕੜੀਆਂ ਤੋੜ ਕੇ ਲੈ ਕੇ ਆਓ, ਸਾਰੇ ਬੈਠ ਕੇ ਹੱਥ ਵਗੈਰਾ ਸੇਕੋ, ਥੋੜਾ ਆਰਾਮ ਮਿਲੇਗਾ। ਤੇ ਉਹੀ ਚੀਜ਼ ਹੈ ਕਿ ਮੈਨੂੰ ਨਾ ਉਹਨਾਂ ਦਾ ਉਹ ਨੇਚਰ ਬੜਾ ਅੱਛਾ ਲੱਗਿਆ, ਬੜੇ ਕੇਅਰਿੰਗ, ਯੂ ਨੋ, ਸਭ ਦੇ ਲਈ ਬੜੇ ਕੇਅਰਿੰਗ ਸੁਭਾਅ ਸੀਗਾ ਉਹਨਾਂ ਦਾ ਉੱਥੇ, ਤੇ ਉਹ ਸੁਭਾਅ ਕਰਕੇ ਬਸ ਮੈਨੂੰ ਤਾਂ ਠੀਕ ਹੈ ਬਈ ਹੁਣ ਤਾਂ ਚੱਲ ਰਹੀ, ਉਹ ਵੀ ਅੱਛਾ ਚੱਲੇਗੀ ਉਹੀ ਸੀਗਾ। ਜਿੱਦਾਂ ਤੁਹਾਡਾ ਸ਼ੂਟ ਜਿਹੜੇ ਸੀਨ ਆ ਤੁਹਾਡੇ, ਹੈ ਨਾ, ਭਾਵੇਂ ਉਹ ਬੱਬੂ ਹੋਣਾ ਦੇ ਨਾਲ ਜਾਂ ਤੁਹਾਡੇ ਆਪਣੇ, ਕਿਹੜਾ ਇੱਕ ਸੀਨ ਆ ਜਾਂ ਕੁਛ ਹੁੰਦਾ ਨਾ ਕਿ ਜਦ ਤੁਸੀਂ ਸ਼ੂਟ ਕਰਦੇ ਹੋ ਕੁਛ ਮੈਮਰੀ ਬਣ ਜਾਂਦੀਆਂ ਆ, ਹੈ ਨਾ, ਕਿ ਤੁਹਾਨੂੰ ਮਤਲਬ ਰੀਕਾਲ ਹੁੰਦਾ ਸਾਰਾ ਕੁਛ ਜਦੋਂ ਫਿਲਮ ਦਾ ਨਾਮ ਜ਼ਿਕਰ ਵੀ ਹੁੰਦਾ ਆ, ਸੁੱਚਾ ਸੁਰਮਾ ਕਿ ਸ਼ੂਟ ਸੈੱਟ ਦੇ ਉੱਤੇ ਆਹ ਚੀਜ਼ ਹੋਈ ਸੀ, ਕੁਛ ਇੱਦਾਂ ਦੀ ਹੈ ਮੈਮਰੀ ਜਿਹੜੀ ਸ਼ੇਅਰ ਕਰਨਾ ਚਾਹੋ? ਆਹ ਤਾਂ ਸੇਕਣ ਵਾਲੀ, ਹੱਥ ਸੇਕਣ ਵਾਲੀ ਤਾਂ ਹੋ ਗਈ, ਏਦਾਂ ਦੀ ਨਾ ਬਹੁਤ ਸਾਰੀ ਸੀਗੀ, ਕਿਉਂਕਿ ਮੈਂ ਉਹੀ ਦੱਸਦੀ ਹਾਂ ਨਾ ਕਿ ਸਾਰਿਆਂ ਦਾ ਏਦਾਂ ਕੰਫਰਟੇਬਲ ਜ਼ੋਨ ਸੀਗਾ ਨਾ, ਇੱਕ ਫੈਮਿਲੀਅਰ ਸੀਗਾ, ਏਦਾਂ ਤਾਂ ਬਹੁਤ ਸਾਰੇ ਮੂਮੈਂਟ ਸੀਗੇ ਕਿ ਸਾਰੇ ਬੈਠੇ ਨੇ ਉਹ ਕਰ ਰਹੇ ਨੇ, ਬਟ ਅਕੋਰਡਿੰਗ ਟੂ ਸ਼ੂਟਿੰਗ ਦੌਰਾਨ ਅਗਰ ਤੁਸੀਂ ਕਹਿ ਰਹੇ ਹੋ ਤਾਂ ਜਦ ਸਾਡਾ ਇਹ ਵਾਲਾ ਸੌਂਗ ਆ ਰਿਹਾ ਨਾ, ਜਿੱਥੇ ਤੁਸੀਂ ਟ੍ਰੇਲਰ ਵੀ ਦੇਖਿਆ, ਉਹ ਮਿਰਚਾਂ ਅਸੀਂ ਰੱਖ ਦਿੰਦੇ ਹਾਂ ਉਹ ਸਰ ਨੂੰ, ਜਦ ਅਸੀਂ ਬਿਠਾਉਂਦੇ ਹਾਂ ਸਰਜੀਤ ਸਰ ਨੂੰ, ਤੇ ਉਹ ਗਿਰ ਜਾਂਦੇ ਨੇ, ਉਹ ਸੀਨ ਮੇਰਾ ਬੜਾ ਹੀ ਅੱਛਾ ਲੱਗੇ, ਤੇ ਰੀਅਲ ਰੱਖ ਗਿਆ, ਤੇ ਮੈਨੂੰ ਉਹ ਚੇਤੇ ਰਹਿੰਦਾ ਕਿ ਅਸੀਂ ਕਿੱਦਾਂ ਕਿੱਦਾਂ ਆ ਕੇ ਉਹ ਫਟਾਫਟ ਕਰ ਰਹੇ ਸੀਗੇ, ਕਿੱਦਾਂ ਅਸੀਂ ਮਿਰਚਾਂ ਰੱਖੀਆਂ, ਉਹ ਬਹੁਤ ਹੀ ਰੀਅਲ ਸੀਗਾ, ਤੇ ਉਹ ਮੇਰੇ ਰਹਿੰਦਾ ਜਹਿਨ ਚ ਕਿ ਉਹ ਸੋਹਣਾ ਸੀਗਾ ਮੇਰੇ ਲਈ। ਰੀਅਲ ਲਾਈਫ ਚ ਕਦੇ ਇਦਾਂ ਦੀ ਸ਼ਰਾਰਤ ਕਿਤੇ ਕੀਤੀ? ਨਹੀਂ, ਬਹੁਤ ਕੀਤੀ ਹੈ। ਤੁਸੀਂ ਸ਼ਰਾਰਤੀ ਹੋ? ਯਾਰ ਇੱਥੇ ਨਹੀਂ ਬੋਲ ਸਕਦੀ, ਉਹਨਾਂ ਨੂੰ ਪਤਾ ਲੱਗ ਗਿਆ ਹੈਗੇ, ਵੈਸੇ ਮੋਸਟਲੀ ਮੈਂ ਜਦ ਫ੍ਰੀ ਹੁੰਦੀ ਹਾਂ ਨਾ, ਜਾਂ ਤਾਂ ਮੈਂ ਬੁੱਕ ਪੜ੍ਹਦੀ ਹਾਂ, ਠੀਕ ਹੈ, ਰੀਅਲ ਲਾਈਕ ਲਾਈਫ ਦੇ ਉੱਤੇ, ਜਾਂ ਫਿਰ ਮੈਂ ਮੋਸਟਲੀ ਸੋਚਦੀ ਹਾਂ ਕਿ ਮੈਂ ਆਪਣੀ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਾਂ, ਉਹ ਜ਼ਿਆਦਾ ਮੇਰੇ ਲਈ ਜ਼ਰੂਰੀ ਹੁੰਦਾ ਹੈ। ਵੈਸੇ ਤੁਸੀਂ ਕਿੰਨੀਆਂ ਕੁ ਫਿਲਮਾਂ ਵਗੈਰਾ ਦੇਖਦੇ ਹੋ, ਓਟੀਟੀ ਕਿੰਨਾ ਕੁ ਦੇਖਦੇ ਹੋ? ਮੈਂ ਨਾ ਇੰਨੀ ਲਾਈਕ ਸੱਚੀ ਦੱਸਾਂ ਨਾ, ਮੈਂ ਬਹੁਤ ਹੀ ਘੱਟ ਮੂਵੀ ਦੇਖਦੀ ਹਾਂ, ਬਹੁਤ ਹੀ ਰੇਅਰ। ਸਹੀ, ਜਦ ਮੈਂ ਸੀਰੀਅਲ ਵੀ ਕੀਤਾ ਨਾ, ਤੇ ਮੈਂ ਆਪਣਾ ਸੀਰੀਅਲ ਹੀ ਨਹੀਂ ਦੇਖਦੀ ਸੀ, ਕਿਉਂਕਿ ਮੈਂ ਨਾ, ਮੈਨੂੰ ਏਦਾਂ ਲੱਗਦਾ ਯਾਰ, ਮੈਂ ਕਿ ਚਲਾਤੀ ਫਟਾਫਟ ਚੱਲ ਰਹੀ ਹੈ, ਫਟਾਫਟ ਚੱਲ ਰਿਹਾ ਨਾ, ਤੇ ਮੈਨੂੰ ਏਦਾਂ ਲੱਗਦਾ ਕਿ ਕਿਤੇ ਏਦਾਂ ਨੀ ਮੈਂ 3 ਘੰਟੇ ਬਰਬਾਦ ਜੀ ਹੋ ਰਹੇ ਨੇ, ਬਟ ਹਾਂ ਕੋਈ ਸਟੋਰੀ ਬਹੁਤ ਹੀ ਅੱਛੀ ਹੈ, ਲਾਈਕ ਉਹ ਮੈਨੂੰ ਟੱਚ ਕਰੀ, ਫਿਰ ਮੈਂ ਉੱਠਦੀ ਨੀ, ਫਿਰ ਮੈਂ ਪੂਰੀ ਦੇਖ ਕੇ ਹਟਦੀ ਹਾਂ, ਤੇ ਥੋੜਾ ਜਿਹਾ ਏਦਾਂ ਮੂਡ ਹੀ ਜਾਏ, ਏਦਾਂ ਨੀ ਕਿ ਹਾਂ ਮੈਂ ਦੇਖ ਰਹੀ ਹਾਂ ਤਾਂ ਸਾਰਾ ਕੰਮ ਕਾਰ ਛੱਡ ਕੇ ਬਸ ਬੈਠ ਗਈ ਕਿ ਹਾਂ ਮੈਂ ਮੂਵੀ ਦੇਖਣੀ ਹੈ, ਏਦਾਂ ਕੁਛ ਨੀ ਹੈ, ਜਿਹਦਾ ਦਾ ਕੰਟੈਂਟ ਅੱਛਾ ਲੱਗਦਾ ਮੈਨੂੰ ਉਹ ਮੈਂ ਪੂਰੀ ਕੰਪਲੀਟ ਕਰਕੇ ਹਟਦੀ ਹਾਂ, ਬਾਕੀ ਫ੍ਰੀ ਟਾਈਮ ਚ ਤਾਂ ਮੈਂ ਫੈਮਿਲੀ ਨੂੰ ਹੀ ਟਾਈਮ ਦੇਣਾ ਪਸੰਦ ਕਰਦੀ ਹਾਂ। ਸੋਸ਼ਲ ਮੀਡੀਆ ਕਿੰਨਾ ਚਲਾਉਂਦੇ ਹੋ? ਸੋਸ਼ਲ ਮੀਡੀਆ ਨਾ ਵੈਸੇ ਦੇਖਿਆ ਜਾਏ, ਅਗਰ ਤੁਸੀਂ ਸਟਾਰਟ ਕਰਨ ਲੱਗਦੇ ਹੋ ਨਾ, ਤੁਹਾਡਾ ਪੂਰਾ ਦਿਨ ਕਿੱਥੇ ਚਲਾ ਜਾਂਦਾ ਪਤਾ ਨਹੀਂ ਲੱਗਦਾ, ਬਿਲਕੁਲ,
ਅੱਜ ਕੱਲ ਚ ਹਾਂ ਚਲੋ ਪਹਿਲਾਂ ਸੋਸ਼ਲ ਮੀਡੀਆ ਨਾ ਇੰਨਾ ਹਾਈਪ ਨਹੀਂ ਸੀਗਾ ਕਿਉਂਕਿ ਚਲੋ ਜੀ ਠੀਕ ਹੈ ਅਸੀਂ ਪੋਸਟ ਪਾਤੀ ਗੁੱਡ ਇਨਾਫ ਅੱਜ ਕੱਲ ਤੁਹਾਡੀ ਪਰਸਨੈਲਿਟੀ ਤੁਹਾਡੀ ਪਹਿਚਾਣ ਨਾ ਇੱਕ ਸੋਸ਼ਲ ਮੀਡੀਆ ਹੀ ਹੋ ਗਈ ਤੇ ਉਹਨੂੰ ਵੀ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਇਸ ਲਾਈਨ 'ਚ ਹੋ ਤੁਸੀਂ ਅਗਰ ਇਸ ਲਾਈਨ 'ਚ ਕੰਮ ਕਰ ਰਹੇ ਹੋ ਤਾਂ ਉਹ ਵੀ ਬਹੁਤ ਜ਼ਰੂਰੀ ਐਕਟਿਵ ਰਹਿਣਾ ਪੈਂਦਾ ਉਹ ਵੀ ਇੱਕ ਪਾਰਟ ਹੈ ਤੁਹਾਡਾ ਪਰ ਅੱਜ ਕੱਲ ਕੀ ਹੋ ਗਿਆ ਨਾ ਸੋਸ਼ਲ ਮੀਡੀਆ ਇੰਨਾ ਹਾਈਪ ਹੋ ਗਿਆ ਨਾ ਕਿ ਤੁਹਾਨੂੰ ਇੱਕ ਕੰਟੈਂਟ ਪਾਉਣ ਦੇ ਲਈ ਨਾ ਪੂਰਾ ਦਿਨ ਸੋਚਣਾ ਪੈਂਦਾ ਕੀ ਕਰਨਾ ਹੈ ਕਿਵੇਂ ਕਰਨਾ ਕੀ ਨਹੀਂ ਤੇ ਮੈਂ ਡੈਫੀਨੇਟਲੀ ਸੋਸ਼ਲ ਮੀਡੀਆ ਤੇ ਜਾਂਦੀ ਹਾਂ ਪਰ ਫਿਰ ਬਾਅਦ ਕਹਿੰਦੇ ਅਰੇ ਰੁਕੋ ਥੋੜਾ ਇਹਨਾਂ ਨੇ ਬ੍ਰੇਕ ਲੈ ਕੇ ਜਾਂਦੀ ਹਾਂ ਮੈਂ ਥੋੜਾ ਜਿਹਾ ਕਰਕੇ ਕਰਦੀ ਹਾਂ ਤੇ ਠੀਕ ਹੈ ਸੋਸ਼ਲ ਮੀਡੀਆ ਵੀ ਉਨਾ ਹੀ ਮੇਰੇ ਲਈ ਐਕਟਿਵ ਹੈ ਹੁਣ ਓਕੇ ਜਿੰਨਾ ਪਹਿਲਾਂ ਸੀ ਰਵਨੀਤ ਜਿੱਦਾਂ ਸੋਸ਼ਲ ਮੀਡੀਆ ਤੁਸੀਂ ਵੀ ਐਕਟਿਵ ਰਹਿੰਦੇ ਹੋ ਦੇਖਦੇ ਹੋਣੇ ਆ ਤੁਸੀਂ ਵੀ ਸੁਣਦੇ ਵੀ ਹੋ ਕਿ ਲੋਕੀ ਨੈਗੇਟਿਵ ਬਹੁਤ ਹੋ ਗਏ ਨੇ ਆਪਣਿਆਂ ਤੋਂ ਦੂਰ ਬਹੁਤ ਹੋ ਗਏ ਨੇ ਹਨਾ ਨੈਗੇਟਿਵਿਟੀ ਆਲੇ ਦੁਆਲੇ ਹੋ ਗਈ ਬਸ ਹਰ ਕੋਈ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਤੁਸੀਂ ਕਦੀ ਨੈਗੇਟਿਵ ਹੋਏ ਜ਼ਰੂਰੀ ਤਾਂ ਹੈ ਹੀ ਨਹੀਂ ਕਿ ਹਰ ਦਿਨ ਇੱਕੋ ਜਿਹਾ ਹੀ ਹੋਵੇ ਰਾਈਟ ਰਾਈਟ ਦੇਖੋ ਦੇਖਿਆ ਜਾਏ ਨਾ ਤੇ ਸੋਸ਼ਲ ਚ ਅਗਰ ਤੁਸੀਂ ਕਹੋ ਕਿ ਬਈ ਨੈਗੇਟਿਵ ਹੋ ਰਹੇ ਨੇ ਉਹ ਜਿਹੜੇ ਨੈਗੇਟਿਵ ਹੋ ਰਹੇ ਨੇ ਉਹ ਸਾਰੇ ਤੁਹਾਡੇ ਥੋਟ ਨੇ ਹਨਾ ਤੁਸੀਂ ਉਹ ਚੀਜ਼ ਨੂੰ ਉਹ ਜਿਹੜਾ ਕੋਈ ਕੰਟੈਂਟ ਪਾ ਰਿਹਾ ਹੈ ਜਾਂ ਕੀ ਕਰ ਰਿਹਾ ਉਹਨੂੰ ਦੇਖ ਕੇ ਤੁਸੀਂ ਅਗਰ ਉਹਨੂੰ ਨੈਗੇਟਿਵ ਚੀਜ਼ਾਂ ਨੂੰ ਆਪਣੀ ਲਾਈਫ 'ਚ ਲੈ ਕੇ ਆਉਂਦੇ ਹੋ ਤਾਂ ਉਹ ਤੁਹਾਡੀ ਗਲਤੀ ਹੈ ਠੀਕ ਹੈ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੈਂ ਉਹੀ ਕਹਿ ਰਹੀ ਨਾ ਇੰਨਾ ਹਾਈਪ ਹੋ ਗਿਆ ਨਾ ਕੋਈ ਕੁਛ ਵੀ ਪਾ ਰਿਹਾ ਜ਼ਰੂਰੀ ਨਹੀਂ ਹੈ ਦਿਸ ਇਜ਼ ਅ ਰੀਅਲ ਬਿਲਕੁਲ ਉਹ ਰੀਅਲ ਵੀ ਨਹੀਂ ਹੈ ਪਰ ਕੁਛ ਲੋਕੀ ਨਾ ਸਾਡੀ ਲਾਈਕ ਇੰਡੀਆ ਸਾਈਡ ਦੇ ਕੁਛ ਲੋਕ ਇੱਦਾਂ ਨੇ ਉਹਨੂੰ ਨਾ ਰੀਅਲ ਸਮਝ ਲੈਂਦੇ ਨੇ ਤੇ ਉਹੀ ਤੁਹਾਡੀ ਗੱਲ ਹੈ ਕਿ ਨੈਗੇਟਿਵ ਹੋ ਰਹੇ ਨੇ ਹਨਾ ਆਪਣੇ ਤੋਂ ਦੂਰ ਹੋ ਰਹੇ ਨੇ ਤੇ ਉਹੀ ਨੈਗੇਟਿਵ ਹੋਣ ਦਾ ਇਹ ਰੀਜ਼ਨ ਹੈ ਕਿ ਤੁਸੀਂ ਉਹਨੂੰ ਨਾ ਬਹੁਤ ਆਪਣਾ ਸਮਝ ਲਿਆ ਸੋਸ਼ਲ ਨੂੰ ਕਿ ਬਸ ਇਹੀ ਮੇਰੀ ਲਾਈਫ ਹੈ ਇਹ ਜਿਹੜਾ ਦਿਖਾ ਰਿਹਾ ਨਾ ਇਹੀ ਲਾਈਫ 'ਚ ਹੋ ਰਿਹਾ ਪਰ ਏਦਾਂ ਤਾਂ ਨਹੀਂ ਹੈ ਲਾਈਫ ਇਜ਼ ਡਿਫਰੈਂਟ ਅਗਰ ਤੁਸੀਂ ਜਿਵੇਂ ਹੁਣ ਤੁਸੀਂ ਸੋਸ਼ਲ ਨਹੀਂ ਯੂਜ਼ ਕਰ ਰਹੇ ਹਨਾ ਫੋਨ ਯੂਜ਼ ਨਹੀਂ ਹੈ ਤਾਂ ਦਿਸ ਇਜ਼ ਰੀਅਲ ਲਾਈਫ ਕਿ ਹਾਂ ਬਈ ਚਾਰ ਲੋਕ ਨੇ ਗੱਲਾਂ ਕਰ ਰਹੇ ਆ ਅੱਛੇ ਲੋਕ ਨੇ ਹੁਣ ਤੁਸੀਂ ਸੋਸ਼ਲ 'ਚ ਜਾਓਗੇ ਨਾ ਅਪ ਅਪ ਕਰੋਗੇ ਤਾਂ ਉਹਦੇ 'ਚ ਚਾਰ ਤਾਂ ਨੈਗੇਟਿਵ ਆਏਗਾ ਚਾਰ ਫੇਕ ਆਣਗੇ ਤੇ ਤੁਸੀਂ ਨਾ ਉਹੀ ਸੋਚਣ ਲੱਗ ਜਾਓ ਹਾਂ ਯਾਰ ਇਹ ਤਾਂ ਮੇਰੇ ਨਾਲ ਵੀ ਹੋ ਰਿਹਾ ਹਾਂ ਇੱਦਾਂ ਮੇਰੇ ਨਾਲ ਵੀ ਹੋ ਜਾਵੇ ਪੱਕਾ ਨਾ ਉਹ ਠੀਕ ਕਹਿ ਰਿਹਾ ਇੱਦਾਂ ਹੀ ਹੋ ਸਕਦਾ ਪਰ ਨਹੀਂ ਤੇ ਉਹ ਤੁਹਾਡੀ ਮੈਂਟੈਲਿਟੀ ਦੇ ਉੱਤੇ ਹੈ ਸੋਸ਼ਲ ਨੂੰ ਅਸੀਂ ਸੋਸ਼ਲ ਨੈਟਵਰਕ ਨੂੰ ਅਸੀਂ ਕਦੇ ਗਲਤ ਨਹੀਂ ਕਹਾਂਗੇ ਬਟ ਹਾਂ ਅੱਜ ਕੱਲ੍ਹ ਲੋਕਾਂ ਨੇ ਇੰਨਾ ਉਹ ਬਣਾਤਾ ਹੈ ਨਾ ਉਹਨੂੰ ਹਾਈਪ ਕਿ ਹਾਂ ਬਈ ਕੁਛ ਵੀ ਪਾ ਦਿਉ ਕੁਛ ਵੀ ਪਾ ਦਿਉ ਇੱਦਾਂ ਹੀ ਹੋ ਰਿਹਾ ਐਂਡ ਸੈਕਿੰਡ ਦਿਸ ਇਜ਼ ਅ ਟਰੂ ਕਿ ਲੋਕੀ ਨਾ ਆਪਣੇ ਲੋਕਾਂ ਤੋਂ ਬਹੁਤ ਦੂਰ ਹੋ ਰਹੇ ਨੇ ਬਹੁਤ ਜ਼ਿਆਦਾ ਅੱਜ ਕੱਲ੍ਹ ਤੁਸੀਂ ਦੇਖੋਗੇ ਨਾ ਛੋਟੇ ਛੋਟੇ ਬੱਚੇ ਵੀ ਪੇਰੈਂਟਸ ਕੀ ਕਰਦੇ ਨੇ ਚਲੋ ਉਹ ਵੀ ਬੇਚਾਰੇ ਕੰਮ ਕਰਦੇ ਨੇ ਤਾਂ ਬੱਚੇ ਨੂੰ ਫੋਨ ਦੇ ਦਿੰਦੇ ਨੇ ਹੁਣ ਉਹ ਜਿਹੜਾ ਫੋਨ ਹੈ ਨਾ ਉਹ ਇਹ ਨਹੀਂ ਸੋਚ ਰਹੇ ਕਿ ਤੁਹਾਡੇ ਬੱਚਿਆਂ ਦੇ ਮਾਇੰਡ 'ਚ ਕੀ ਲੈ ਕੇ ਜਾ ਰਿਹਾ ਔਰ ਅੱਗੇ ਕੀ ਕਰਨਾ ਉਹਨੇ ਉਹ ਤਾਂ ਉਹੀ ਦੇਖ ਰਹੇ ਜਿਹੜਾ ਸੋਸ਼ਲ 'ਚ ਦਿਖਾ ਰਹੇ ਨੇ ਅੱਛਾ ਚਲੋ ਇਹ ਵੀ ਕਰ ਲੈਣਾ ਇਹ ਵੀ ਕਰ ਲੈਣਾ ਇਹ ਵੀ ਉੱਥੇ ਨਾ ਬੱਚਾ ਕੰਫਿਊਜ਼ ਹੋ ਗਿਆ ਔਰ ਜਦ ਤੁਸੀਂ ਦੇਖਦੇ ਹੋ ਜਦ ਸਾਡੇ ਕੋਲ ਫੋਨ ਨਹੀਂ ਸੀਗੇ ਤੇ ਪੇਰੈਂਟਸ ਦੱਸਦੇ ਸੀਗੇ ਬੱਚੇ ਕੀ ਕਰਨਾ ਬੱਚਾ ਕਹਿੰਦਾ ਸੀ ਹਾਂ ਮੈਂ ਇਹ ਕਰਨਾ ਹੁਣ ਬੱਚੇ ਨੂੰ ਵੀ ਨਹੀਂ ਪਤਾ ਮੈਂ ਕਰਨਾ ਕੀ ਹੈ ਕਿਉਂਕਿ ਸੋਸ਼ਲ ਕਰਨਾ ਹੈ ਕਦੇ ਇਹ ਕਰਨਾ ਉਹ ਕਰਨਾ ਤੇ ਉਸ ਕਰਕੇ ਨਾ ਬੱਚੇ ਸਾਰੇ ਯੂ ਆਰ ਟਰੂ ਕਿ ਅੱਜ ਕੱਲ੍ਹ ਨਾ ਬਹੁਤ ਹੀ ਦੂਰ ਹੋ ਗਏ ਨੇ ਜਦ ਤੋਂ ਸੋਸ਼ਲ ਇੰਨਾ ਹਾਈਪ ਹੋਇਆ ਹੈ ਕਿਉਂਕਿ ਅੱਜ ਕੱਲ੍ਹ ਕੋਈ ਬੈਠਦਾ ਹੀ ਨਹੀਂ ਅਗਰ ਬੈਠਣਗੇ ਵੀ ਨਾ ਤਾਂ ਤੁਸੀਂ ਦੇਖਣਾ ਜਿਹੜਾ ਮੈਂ ਹੁਣ ਵੀ ਦੇਖਿਆ ਜਿਹੜਾ ਮੈਂ ਫੇਸ ਵੀ ਕਰਦੇ ਹਾਂ ਅਸੀਂ ਚਾਰ ਲੋਕ ਵੀ ਅਗਰ ਬੈਠਣਗੇ ਨਾ ਸਾਰੇ ਫੋਨ ਤੇ ਲੱਗੇ ਆਪਣੇ ਆਪਣੇ ਲਾਈਕ ਥੋੜੀ ਜਿਹੀ ਗੱਲ ਹੋਏਗੀ ਤੁਸੀਂ ਕਿਵੇਂ ਕਿਉਂ ਬਸ ਹੋ ਗਿਆ ਚਲੋ ਜੀ ਤੁਸੀਂ ਕੀ ਕਰ ਰਹੇ ਹੋ ਕੀ ਕਰ ਰਹੇ ਇੱਦਾਂ ਸ਼ੁਰੂ ਹੋ ਗਿਆ ਬਿਲਕੁਲ ਤੇ ਦਿਸ ਇਜ਼ ਸ਼ੋ ਦੇਖੋ ਦੇਖਿਆ ਜਾਏ ਤਾਂ ਇੱਕ ਤਰੀਕੇ ਨਾਲ ਠੀਕ ਵੀ ਹੈ ਉਹ ਠੀਕ ਇਸ ਲਈ ਹੈ ਕਿ ਤੁਸੀਂ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਲੈ ਰਹੇ ਹੋ ਪੋਜ਼ਿਟਿਵ ਲੈ ਰਹੇ ਹੋ ਜਾਂ ਕੋਈ ਤੁਹਾਡੇ ਨਾਲ ਅੱਛੀ ਚੀਜ਼ ਹੋ ਰਹੀ ਫਿਰ ਤਾਂ ਠੀਕ ਹੈ ਜੇ ਤੁਸੀਂ ਉਹਨੂੰ ਨੈਗੇਟਿਵ ਗ੍ਰੇਵ ਕਰ ਰਹੇ ਹੋ ਨਾ ਉਹ ਗਲਤ ਹੈ ਫਿਰ ਤੁਸੀਂ ਕਦੀ ਹੋਏ ਹੋ ਨੈਗੇਟਿਵ
ਕਈ ਵਾਰੀ ਤਾਂ ਹੁੰਦਾ ਹੀ ਆ ਬੰਦਾ ਇਕੱਲਾ ਬੈਠਾ ਵੀ, ਕਈ ਵਾਰੀ ਕਿੰਨੀਆਂ ਚੀਜ਼ਾਂ ਦਿਮਾਗ ਦੇ ਵਿੱਚ ਚੱਲਦੀਆਂ, ਘੋੜੇ ਦੇ ਦੌੜਦੇ ਹੀ ਰਹਿੰਦੇ, ਕਦੀ ਕੋਈ ਨੈਗੇਟਿਵ। ਮੈਂ ਤੁਹਾਨੂੰ ਹੁਣ ਪਹਿਲਾਂ ਹੀ ਉਹ ਦੱਸਿਆ ਨਾ ਕਿ ਮੈਂ ਟੀਵੀ ਵੀ ਬਹੁਤ ਘੱਟ ਦੇਖਦੀ ਹਾਂ ਨਾ, ਤੇ ਮੈਂ ਜ਼ਿਆਦਾ ਟਾਈਮ ਫੈਮਿਲੀ ਦੇ ਨਾਲ ਸਪੈਂਡ ਕਰਨਾ ਪਸੰਦ ਕਰਦੀ ਹਾਂ। ਕਿਉਂ? ਇਸ ਕਰਕੇ ਕੁਆਲਿਟੀ ਟਾਈਮ ਜਿਹੜਾ, ਯੈਸ, ਇਸ ਕਰਕੇ। ਏਦਾਂ ਨਹੀਂ ਹੈ, ਮੈਂ ਵੀ ਜਦ ਸੋਸ਼ਲ 'ਚ ਜ਼ਿਆਦਾ ਜਾਣ ਲੱਗ ਗਈ ਸੀਗੀ ਤਾਂ ਮੈਂ ਏਦਾਂ ਲੱਗ ਰਿਹਾ ਸੀ ਮੈਂ ਆਪਣੀ ਫੈਮਿਲੀ ਤੋਂ ਦੂਰ ਹੋ ਰਹੀ ਹਾਂ। ਯਾਰ ਉਹ ਬੈਠੇ ਨੇ ਘਰੇ ਤੇ ਮੈਂ ਉਹਨਾਂ ਨੂੰ 2 ਘੰਟੇ ਨਹੀਂ ਦੇ ਪਾ ਰਹੀ, ਚਲੋ 2 ਘੰਟੇ ਤੋਂ 2 ਮੈਂ 10 ਮਿੰਟ ਵੀ ਨਹੀਂ ਦੇ ਪਾ ਰਹੀ। ਕਿਉਂ? ਮੈਂ ਆਪਣੀ ਸੋਸ਼ਲ ਲਾਈਫ 'ਚ ਲੱਗੀ ਹੋਈ, ਉਹ ਕੀ ਕਰ ਰਿਹਾ ਹੈ, ਇੱਦਾਂ ਸਕਰੋਲ ਕਰੀ ਜਾ ਰਹੀ ਕਰੀ ਜਾ ਰਹੀ, ਮੇਰੇ 2 ਘੰਟੇ ਕਿੱਥੇ ਚਲੇ ਗਏ ਪਤਾ ਹੀ ਨਹੀਂ। ਤੇ ਉਹ ਮੇਰਾ ਬਹੁਤ ਹੀ ਹੋਇਆ ਸੀ ਮੈਨੂੰ ਨੈਗੇਟਿਵ ਕਿ ਯਾਰ ਮੇਰੇ 2 ਘੰਟੇ ਕਿਵੇਂ ਚਲੇ ਗਏ, ਇਹ ਤਾਂ ਮੈਂ ਗਲਤ ਕਰ ਰਹੀ ਨਹੀਂ ਯਾਰ। ਤੇ ਉਹੀ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੈਂ ਜਦ ਫਰੀ ਹੁੰਦੀ ਹਾਂ ਨਾ ਜਾਂ ਤਾਂ ਬੁੱਕ ਪੜ੍ਹਦੀ ਹਾਂ ਜਾਂ ਫਿਰ ਫੈਮਿਲੀ ਨੂੰ ਟਾਈਮ ਦਿੰਦੀ ਹਾਂ, ਕਿਉਂਕਿ ਮੈਂ ਨਾ ਉਹ ਇੰਨਾ ਵੀ ਨਹੀਂ ਅਟੈਚ ਹੋਣਾ ਚਾਹੁੰਦੀ ਇੱਦਾਂ ਸੋਸ਼ਲ ਲਾਈਫ 'ਚ। ਠੀਕ ਹੈ ਜੀ, ਹੁਣ ਜਿੱਦਾਂ ਫਿਲਮ ਆ ਰਹੀ ਆ ਜੀ, ਹਨਾ, ਇਹਦੇ ਕਰਕੇ ਵੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿਣਾ ਪੈਂਦਾ ਹੋਣਾ, ਕਿਉਂਕਿ ਤੁਹਾਨੂੰ ਮੈਸੇਜ ਬਹੁਤ ਆਉਂਦੇ ਹੋਣੇ ਆ ਕਿ ਤੁਸੀਂ ਸੋਹਣੇ ਲੱਗ ਰਹੇ ਹੋ, ਫਿਲਮ ਕਦੋਂ ਆ ਰਹੀ ਹੈ, ਨੈਕਸਟ ਕੀ ਕਰ ਰਹੇ ਹੋ, ਆਉਂਦੇ ਆ ਮੈਸੇਜ? ਹੁਣ ਤਾਂ ਮੈਂ ਸਹੀ ਦੱਸਾਂ, ਜਦ ਤੋਂ ਇਹ ਮੂਵੀ ਦਾ ਸਟਾਰਟ ਹੋਇਆ ਨਾ, ਮੇਰਾ ਇੰਸਟਾ ਇੰਨਾ ਭਰ ਗਿਆ ਨਾ ਕਿ ਮੈਂ ਆਪਣੇ ਬ੍ਰਦਰ ਨੂੰ ਕਹਿ ਰਹੀ ਯਾਰ ਤੂੰ ਹੈਂਡਲ ਕਰ, ਤੂੰ ਲਿਖ ਇਹਨਾਂ ਨੂੰ ਮੈਸੇਜ, ਤੂੰ ਹੀ ਕਰ। ਕਿਉਂਕਿ ਮੈਂ ਸੱਚੀ ਦੱਸਿਆ, ਜਦ ਭਾਵੇਂ ਮੂਵੀ ਵੀ ਆ ਰਹੀ, ਮੈਂ ਹਜੇ ਵੀ ਨਾ ਇੰਨੀ ਐਕਟਿਵ ਨਹੀਂ ਹੋ ਪਾਉਂਦੀ, ਕਿਉਂਕਿ ਮੈਂ ਨਾ ਆਪਣੇ ਮਾਇੰਡ 'ਚ ਥੋਟ ਬਣਾ ਲਿਆ। ਤੇ ਮੈਂ ਆਪਣੇ ਬ੍ਰਦਰ ਨੂੰ ਕਹਿੰਦੀ ਯਾਰ ਤੂੰ ਕਰ ਦੇ, ਤੂੰ ਇੱਕ ਕੰਮ ਕਰ, ਮੈਸੇਜ ਦਾ ਰਿਪਲਾਈ ਕਰਦੇ, ਪੋਸਟ ਕਰਦੇ, ਰੀਪੋਸਟ ਕਰਦੇ, ਉਹ ਤੂੰ ਹੀ ਕਰ। ਤੇ ਜ਼ਿਆਦਾਤਰ ਮੈਂ ਆਪਣੇ ਬ੍ਰਦਰ ਨੂੰ ਹੀ ਦੇ ਦਿੰਦੀ ਹਾਂ ਫੋਨ, ਤੇ ਉਹ ਹੀ ਸੀਗਾ। ਤੇ ਹਲੇ ਹਾਂ ਹੈ ਥੋੜ੍ਹਾ ਜਿਹਾ, ਮੈਂ ਬਿਜ਼ੀ ਤਾਂ ਹਾਂ ਥੋੜ੍ਹਾ ਮਾਰਕੀਟਿੰਗ ਵਗੈਰਾ ਇਹ ਸਭ ਦੇ ਲਈ। ਰਵਨੀਤ, ਕਦੀ ਕਿਸੇ ਦੇ ਕਮੈਂਟ ਨੇ ਜਾਂ ਮੈਸੇਜ ਨੇ ਨੈਗੇਟਿਵ ਕੀਤਾ ਤੁਹਾਨੂੰ? ਨੈਗੇਟਿਵ ਕਿਵੇਂ ਹੁੰਦਾ ਨਾ, ਅਸਰ ਹੋ ਜਾਂਦਾ ਕਿ ਯਾਰ ਮੈਂ ਤਾਂ ਸੋਹਣਾ ਕੰਮ ਕੀਤਾ, ਸਾਹਮਣੇ ਇੱਦਾਂ ਦੇ ਜਵਾਬ ਆਉਂਦੇ। ਸਹੀ ਦੱਸਾਂ, ਮੈਂ ਪੜ੍ਹਦੀ ਨਹੀਂ। ਕਦੇ ਟੀਮ ਤੋਂ ਸੁਣਨ ਨੂੰ ਮਿਲਦਾ ਹੋਵੇ ਕਿ ਇੰਨਾ ਕੁਝ ਹੋਇਆ? ਯਾਰ ਪਤਾ ਨਹੀਂ ਕਿਉਂ, ਲਾਈਕ ਮੇਰਾ ਨਾ ਨੇਚਰ ਇੱਦਾਂ ਦਾ, ਕੋਈ ਕਹੇਗਾ ਨਾ ਯਾਰ ਉਹਨੇ ਨਾ ਇੱਦਾਂ ਕਹਿਤਾ, ਮੈਂ ਕਹਿੰਦੀ ਹੈ ਠੀਕ ਹੈ ਕੋਈ ਨਹੀਂ, ਕਿਉਂਕਿ ਯਾਰ ਮੈਂ ਉਹਦੀ ਗੱਲ, ਇਹ ਚੀਜ਼ ਬਹੁਤ ਚੰਗੀ ਆ, ਹਾਂ ਅਸਰ ਨਹੀਂ ਹੋਣ ਦੇਣਾ ਆਪਣੇ ਤੇ। ਐਗਜ਼ੈਕਟਲੀ, ਕਿਉਂਕਿ ਨਾ ਦੇਖੋ ਮੈਂ, ਮੇਰਾ ਕਹਿਣ ਦਾ ਮਤਲਬ ਇਹ ਕਿ ਤੁਹਾਡੇ ਬਾਰੇ ਨਾ 10 ਲੋਕ ਹੀ ਗਲਤ ਵੀ ਬੋਲਣਗੇ, 10 ਅੱਛਾ ਵੀ ਬੋਲਣਗੇ, ਪਰ ਅੱਜ ਕੱਲ ਦੇ ਟਾਈਮ 'ਚ ਨਾ 10 ਅੱਛਾ ਬੋਲਣ ਵਾਲੇ ਨਹੀਂ ਹੈਗੇ, ਸਾਰੇ ਨੈਗੇਟਿਵ ਹੀ ਬੋਲਣਗੇ। ਅਰੇ ਦੇਖੋ ਤਾਂ ਕਿੱਦਾਂ ਦੀ ਲੱਗ ਰਿਹਾ, ਅਰੇ ਦੇਖੋ ਉਹਨੇ ਐਕਟਿੰਗ ਕਿਵੇਂ ਕੀਤੀ, ਅਰੇ ਦੇਖੋ ਉਹਨੇ ਕੀ ਕੀਤਾ, ਹੁਣ ਦੇਖੋਗੇ। ਮੈਂ ਨਾ ਹੁਣ ਸਹੀ ਦੱਸ ਰਹੀ ਹਾਂ, ਮੇਰਾ ਨੇਚਰ ਇੱਦਾਂ ਦਾ ਹੈ, ਫਿਰ ਠੀਕ ਹੈ ਯਾਰ, ਉਹਨੂੰ ਜੋ ਅੱਛਾ ਲੱਗ ਰਿਹਾ ਅੱਗੇ ਚਲਾ ਗਿਆ, ਉਹ ਉਹਦਾ ਮਾਇੰਡ ਹੈ, ਹਨਾ, ਉਹਦਾ ਮਾਇੰਡ ਹੈ ਕਿ ਉਹ ਮੇਰੇ ਬਾਰੇ ਕੀ ਸੋਚ ਰਿਹਾ, ਮੇਰੇ ਬਾਰੇ ਕੀ ਬੋਲ ਰਿਹਾ, ਮੈਂ ਕਿੱਦਾਂ ਦੀ ਹਾਂ ਮੈਨੂੰ ਪਤਾ। ਬਿਲਕੁਲ ਸਹੀ, ਮੈਂ ਹੁਣ ਜਾ ਕੇ ਸਫਾਈਆਂ ਦਵਾਂ, ਨਹੀਂ ਨਹੀਂ ਮੈਂ ਇੱਦਾਂ ਦੀ ਨਹੀਂ ਹੈਗਾ, ਮੈਂ ਇੱਦਾਂ ਦੀ ਨਹੀਂ ਹੈਗੀ, ਹਨਾ, ਉਹ ਮੇਰੇ ਕੋਲ ਟਾਈਮ ਨਹੀਂ ਹੈਗਾ। ਔਰ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਮੈਂਟਸ ਦੀ, ਕੀ ਤੁਸੀਂ ਪੜ੍ਹ ਕੇ ਕਦੇ ਹੋਏ, ਸਹੀ ਦੱਸਾਂ ਮੈਂ ਨੀਚੇ ਨੀਚੇ ਜਾਂਦੀ ਹਾਂ ਨਾ, ਅੱਛੇ ਅੱਛੇ ਕਮੈਂਟਸ ਪੜ੍ਹਦੀ ਹਾਂ, ਜਿੱਥੇ ਹੈਗਾ ਨਾ ਨੈਗੇਟਿਵ ਉਹਨੂੰ ਉੱਪਰ ਸਕਰੋਲ ਕਰਕੇ ਨੀਚੇ, ਕਿਉਂਕਿ ਮੈਂ ਨਾ ਉਹ ਛੋਟੀ ਜਿਹੀ ਵੀ ਨੈਗੇਟਿਵਿਟੀ ਆਪਣੇ ਲਾਈਫ 'ਚ ਨਹੀਂ ਲੈ ਕੇ ਆਉਣਾ ਚਾਹੁੰਦੀ। ਬਿਲਕੁਲ ਸਹੀ, ਬਿਲਕੁਲ ਸਹੀ, ਤੇ ਉਹ ਮੈਂ ਅਵੋਇਡ ਕਰਦੀ ਹਾਂ। ਕਈ ਵਾਰੀ ਇੱਦਾਂ ਵੀ ਹੁੰਦਾ ਨਾ ਕਿ ਜੇ 10 ਦੇ ਵਿੱਚੋਂ ਹਾਂਜੀ 9 ਬੰਦੇ ਤੁਹਾਡੇ ਲਈ ਚੰਗਾ ਬੋਲਦੇ, 1 ਬੰਦਾ ਮਾੜਾ ਬੋਲਦੇ, ਬੰਦਾ ਨੈਗੇਟਿਵ ਹੀ ਹੋ ਜਾਂਦਾ ਹੋ ਜਾਂਦਾ। ਪਰ ਜਦੋਂ 9 ਗਲਤ ਬੋਲਦੇ, 1 ਚੰਗਾ ਬੋਲੇ, ਜਿਹਨੇ ਪੋਜ਼ਿਟਿਵ ਰਹਿਣਾ ਉਹਨੇ 1 ਬੰਦੇ ਦੇ ਪਿੱਛੇ ਵੀ ਪੋਜ਼ਿਟਿਵ ਰਹਿਣਾ। ਇਹ ਆਪਣੇ ਤੇ ਵੀ ਹੈਗਾ, ਤੁਸੀਂ ਸਾਹਮਣੇ ਵਾਲੀ ਦੇ ਗੱਲਾਂ ਨੂੰ ਕਿੱਦਾਂ। ਹਾਂਜੀ ਹਾਂਜੀ, ਹੁਣ 20 ਤਰੀਕ ਨੂੰ ਫਿਲਮ ਆ ਰਹੀ ਹੈ ਤੁਹਾਡੀ, ਥੋੜੇ ਹੀ ਦਿਨ ਬਾਕੀ ਆ, ਆਡੀਅੰਸ ਨੂੰ ਫਿਰ ਸਰਬੀ ਨਾਲ ਉਡੀਕ ਆ, ਤੁਹਾਨੂੰ ਵੀ ਹੈਗੀ ਆ? ਮੈਨੂੰ ਤਾਂ ਬਹੁਤ ਜ਼ਿਆਦਾ ਉਡੀਕ ਹੈ, ਕਿਉਂਕਿ ਮੈਂ ਇਸ ਮੂਵੀ ਦਾ ਬਹੁਤ ਟਾਈਮ ਤੋਂ ਵੇਟ ਕਰ ਰਹੀ ਸੀ, ਕਿਉਂਕਿ ਇਹ ਮੇਰੇ ਲਈ ਬਹੁਤ ਹੀ ਲਾਈਕ ਉਹੀ ਇਸ ਕੰਮ ਹੈ ਨਾ ਕਿ ਡ੍ਰੀਮ ਕਮ ਟਰੂ ਸੀਗਾ ਪ੍ਰੋਜੈਕਟ, ਤੇ ਮੈਂ ਬਹੁਤ ਟਾਈਮ ਤੋਂ ਵੇਟ ਕਰ ਰਹੀ ਸੀ ਹਾਏ ਮੂਵੀ ਕਦੋਂ ਆਣੀ ਕਦੋਂ ਆਣੀ, ਪਰ ਹੁਣ ਆਈ ਹੈ ਨਾ, ਤਾਂ ਮੈਂ ਬੜੀ ਐਕਸਾਈਟਿਡ ਹਾਂ। ਮੈਂ ਚਾਹੁੰਦੀ ਹਾਂ ਕਿ ਮੈਂ ਪਲੀਜ਼, ਤੁਸੀਂ ਮੈਨੂੰ ਪਤਾ ਹੈ ਕਿ ਇਹ ਮੂਵੀ ਬਹੁਤ ਹੀ ਸੋਹਣੀ ਹੈ, ਤੁਸੀਂ ਸਾਰੇ ਜਣੇ ਪਲੀਜ਼ ਜ਼ਰੂਰ ਦੇਖਣ ਜਾਇਓ ਅਤੇ ਦੱਸਿਓ ਕਿ ਕਿੱਦਾਂ ਦੀ ਲੱਗੀ ਤੁਹਾਨੂੰ। ਅਤੇ ਮੈਂ ਬਲਕਿ ਆਪਣੇ ਆਪ ਨੂੰ ਲੱਕੀ ਫੀਲ ਕਰ ਰਹੀ ਕਿ ਮੈਂ ਇਸ ਮੂਵੀ ਦਾ ਇੱਕ ਪਾਰਟ ਬਣ ਸਕੀ। ਜੀ ਜੀ ਜੀ, ਤੇ ਤੁਹਾਨੂੰ ਗੁੱਡ ਲੱਕ ਆ ਫਿਲਮ ਦੇ ਲਈ। ਥੈਂਕ ਯੂ ਸੋ ਮਚ, ਗੱਲਬਾਤ ਕੀਤੇ ਦੇ ਲਈ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਜੀ।
ਸੋ ਦੋਸਤੋ ਰਵਨੀਤ ਕੌਰ ਹੋਰਾਂ ਦੇ ਨਾਲ ਗੱਲਬਾਤ ਕੀਤੀ, ਸੁੱਚਾ ਸੂਰਮਾ ਫਿਲਮ ਦੇ ਵਿੱਚ ਅਹਿਮ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਇਹ, ਅਤੇ ਇਹ ਵੀ ਐਕਸਾਈਟਡ ਨੇ, ਮੈਨੂੰ ਪਤਾ ਕਿ ਤੁਸੀਂ ਸਾਰੇ ਵੀ ਐਕਸਾਈਟਡ ਹੋ। 20 ਸਤੰਬਰ ਨੂੰ ਫਿਲਮ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਣੀ ਹੈ, ਤੁਸੀਂ ਸਾਰੇ ਹੁੰਮ ਹੁਮਾ ਕੇ ਪਹੁੰਚੇ ਕਿਉਂਕਿ ਤੁਸੀਂ ਨਿਰਾਸ਼ ਨਹੀਂ ਹੋਵੋਗੇ। ਟ੍ਰੇਲਰ ਨੂੰ, ਗਾਣਿਆਂ ਨੂੰ ਜਿੱਦਾਂ ਪਸੰਦ ਕੀਤਾ, ਫਿਲਮ ਨੂੰ ਵੀ ਉਵੇਂ ਹੀ ਪਸੰਦ ਕਰੋਗੇ। ਬਾਕੀ ਗੱਲਾਂ ਬਾਤਾਂ ਕਿਵੇਂ ਦੇ ਲੱਗੀਆਂ ਜ਼ਰੂਰ ਦੱਸਿਓ, ਵੀਡੀਓ ਨੂੰ ਲਾਈਕ ਵੀ ਕਰੋ, ਸ਼ੇਅਰ ਵੀ ਕਰਿਓ, ਅਤੇ ਹੁਣ ਮੈਨੂੰ ਨੀਲਮ ਕੁਈਨ ਨੂੰ ਦੇ ਇਜਾਜ਼ਤ, ਤੁਸੀਂ ਦੇ ਦਿਓ ਪ੍ਰਾਈਮ ਮਿਨਿਸਟਰ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ, ਟੇਕ ਕੇਅਰ, ਬਾਏ, ਸਤਿ ਸ਼੍ਰੀ ਅਕਾਲ।